ਚੱਲੀਏ ਭੈਣੇ, ਹੋਰ ਅਮਰਤ ਹੁਣ ਤਾਂ ਜਾਣੀ ਆਈ ਸੀ, ਅਜੇ ਘੰਟਾ ਤਾਂ ਹੋਇਆ। ਹਾਂ ਬਸ ਘੰਟਾ ਹੀ ਬਹੁਤ ਆ। ਚੰਗਾ ਅੱਛਾ ਜਾਣੀ ਆ ਮੈਂ। ਚੱਲ ਠੀਕ ਆ, ਆ ਦੇਖ ਲਾ ਕੁੜੀ ਜੀ, ਹੁਣ ਤਾਂ ਆਈ ਸੀ, ਅਜੇ ਘੰਟਾ ਹੋਇਆ, ਖਾਲੀ ਹੱਥ ਆਈ ਸੀਗੀ। ਬੈਗ ਵੇਖ ਹੁਣ ਕਿਵੇਂ ਭਰੀ ਜਾਂਦੀ ਆ। ਮਾਸੀ ਨੇ ਤਾਂ ਆਪ ਉਹਨੂੰ ਵਿਚਾਰੇ ਨੂੰ ਨੰਗ ਕਰ ਰੱਖਿਆ ਗਾ, ਸਾਰਾ ਘਰ ਕੁੜੀ ਨੂੰ ਖਵਾਈ ਜਾਂਦੀ ਹੈਗੀ। ਤੀਜੇ ਦਿਨ ਆ ਜਾਂਦੀ ਆ ਕੁੜੀ ਮੂੰਹ ਚੱਕ ਕੇ, ਨਾ ਬਾਈ ਕੁਛ ਕਹਿੰਦਾ ਹੈਗਾ, ਵੀ ਰੋਜ਼ ਉੱਥੇ ਕੀ ਕੰਮ ਆ, ਪੇਕੀ ਜਾ ਕਿੱਧਰ। ਲੈ ਆ ਬੇਬੇ ਨੂੰ ਆਖਿਆ ਸੀ ਵੀ ਪਾਥੀਆਂ ਇਕੱਠੀਆਂ ਹੋ ਰਹੀਆਂ ਨੇ, ਵੀ ਗਹਾਰਾ ਲਵਾ ਦੇ। ਉਹਨੂੰ ਅੱਡ ਨਹੀਂ ਟਾਈਮ ਲੱਗਦਾ ਹੈਗਾ, ਪਤਾ ਨਹੀਂ ਕੀ ਕਰਦੀ ਰਹਿੰਦੀ ਆ, ਕਦੇ ਮਾਸੀ ਕੇ ਘਰੇ ਕਦੇ ਤਾਈ ਕੇ ਘਰੇ। ਆ ਚੱਲ ਭੈਣ ਆ ਰਹੀ ਹੈਗੀ ਘਰੇ, ਉਹਨੂੰ ਵੀ ਚਾਹ ਪਾਣੀ ਬਣਾ ਕੇ ਦੇਣਾ, ਨਾਲੇ ਰੋਟੀ ਟੁੱਕ ਦਾ ਕਰਨਾ। ਚੱਲ ਕੱਦੂ ਪਿਆ ਗਾ, ਕੱਦੂ ਦੀ ਸਬਜ਼ੀ ਬਣਾ ਲੂੰਗੀ ਛੇਤੀ ਦੇਣੇ। ਚੱਲ ਆਖੂਗੀ ਤੜਕੀ ਬਾਗੀ ਵੀ ਰੋਟੀ ਬਣਾਉਣ ਦੀ ਮਾਰੀ। ਹੁਣ ਤਾਂ ਨਾ ਮਾੜੇ ਜੇ ਨਾਲ ਹੀ ਧੁੱਪ ਚੜ ਜਾਂਦੀ ਹੈ, ਨਾਲੇ ਆਪਦੇ ਜਾਣੇ ਤਾਂ ਇੰਨਾ ਸੰਦੇਹਾਂ ਸੰਦੇਹਾਂ ਕਰਦੇ ਆ ਵੀ ਕੰਮ ਨਿਬੜ ਜੂਗਾ। ਜਰਕ ਦੇਣੇ ਭੈਣ ਨੂੰ ਪੁੱਛਾਂ ਵੀ ਪਹਿਲਾਂ ਚਾਹ ਪੀਏਂਗੀ ਕਿ ਰੋਟੀ ਖਾਏਂਗੀ, ਫੇਰ ਇਹ ਕਰੂੰਗੀ ਕੁਛ। ਚੱਲ ਬਿੰਦਰ ਵੀ ਟਾਈਮ ਨਾਲ ਵਗ ਜੂਗੀ, ਉਹ ਲਿਆਂਦੀ ਭਾਵੇਂ ਪਾਣੀ ਆਉਂਦੀ ਸੀ ਪੁੱਤ। ਪਾਣੀ ਤਾਂ ਲਿਆਦਾ ਨੀ ਆ ਬੇਬੇ, ਤੇ ਭੈਣ ਕਿੱਧਰ ਗਈ? ਬਾਗ ਗਈ ਪੁੱਤ ਤਾਂ। ਅੱਛਾ ਬਾਗ ਵੀ ਗਈ? ਹੋਰ ਬਾਗ ਗਈ, ਉਹ ਨਾ ਪ੍ਰਾਹੁਣੇ ਦਾ ਫੋਨ ਆ ਗਿਆ ਸੀਗਾ। ਲੈ ਮੈਨੂੰ ਤਾਂ ਮਿਲ ਕੇ ਵੀ ਨੀ ਗਈ, ਆ ਮੈਂ ਤਾਂ ਬਾੜੇ ਚ ਵਗ ਗਈ ਸੀਗੀ, ਤੇ ਅੱਛਾ ਮੈਂ ਆਖਿਆ ਜਾ ਕੇ ਚੱਲ ਨਾਲੇ ਮੈਂ ਰੋਟੀ ਬਣਾਉਣੀ ਆ, ਕੱਦੂ ਪਿਆਗਾ ਵੀ ਸਬਜ਼ੀ ਬਣਾ ਲੂੰਗੀ, ਤੇ ਨਾਲੇ ਮੈਂ ਆਖਿਆ ਚੱਲ ਚਾਹ ਦੀ ਘੁੱਟ ਦੇ ਦੇਣੀ ਆ ਦੁਬਾਰੇ ਉਹਨੂੰ। ਮੈਂ ਕਿਹਾ ਸੀ ਮੈਂ ਰੋਟੀ ਖਾ ਕੇ ਜਾਈ, ਕਹਿੰਦੀ ਰੋਟੀ ਤਾਂ ਮੈਂ ਖਾ ਕੇ ਆਈ ਸੀਗੀ, ਤੇ ਉਹ ਉਹਦੀ ਫੋਨ ਆ ਗਿਆ ਪ੍ਰਾਹੁਣੇ ਦਾ, ਕਹਿੰਦੀ ਮਾਂ ਮੈਂ ਤਾਂ ਹੁਣ ਨਾ ਰੋਟੀ ਖਾਵਾਂ ਨਾ ਚਾਹ ਪੀਵਾਂ, ਮੈਂ ਤਾਂ ਜਾਣੀ ਆ ਕਹਿੰਦੀ। ਲੈ ਇਹੋ ਜਿਹਾ ਕਿਹੜਾ ਕੰਮ ਪੈ ਗਿਆ ਵੀ ਜਿਹੜਾ ਘਰ ਦੇ ਮੈਂਬਰਾਂ ਨੂੰ ਵੀ ਨਹੀਂ ਮਿਲ ਕੇ ਜਾ ਸਕੀ ਉਹ। ਚੱਲ ਕੋਈ ਨੀ ਪੁੱਤ, ਕੋਈ ਕਬੀਲਦਾਰੀ ਹੈਗੀ ਸਾ ਹੁੰਦੇ ਘਰਾਂ ਦੀ ਵੀ ਕਬੀਲਦਾਰੀ ਦੇ, ਉਹਨਾਂ ਦੇ ਵੀ ਔਰ ਮੈਂ ਆਪਦੇ ਭਰਾ ਨੂੰ ਮਿਲ ਕੇ ਗਈ ਆ, ਉਹ ਵਿਸਾਖੀ ਦਾ ਕਰਕੇ ਫਿਰ ਕੋਈ ਉਹਨਾਂ ਦੇ ਵੀ ਆ ਗਿਆ ਹੋਊਗਾ। ਅੱਛਾ ਆ ਭੀੜ ਤੋਂ ਪਹਿਲਾਂ ਪਹਿਲਾਂ ਫਿਰ ਹੁਣ ਨਾ ਨੂੰ ਕੇ ਮੁੜੇ ਜਾਂਦੇ ਆ ਨਾ। ਓਹੋ ਉਹਨਾਂ ਦੇ ਕਿਨੇ ਆਉਣਾ ਗਾ ਬੇਬੇ, ਭੈਣ ਤਾਂ ਉਰੇ ਰਹਿੰਦੀ ਆ ਤੀਜੇ ਦਿਨ। ਭੈਣ ਕਰਨਗੇ ਆ, ਫਿਰ ਉਹਨਾਂ ਦੀ ਵੀ ਕੋਈ ਰਿਸ਼ਤੇਦਾਰੀਆਂ ਸਾ ਹੁੰਦੀਆਂ ਗਾ, ਪ੍ਰਾਹੁਣੇ ਦੀ ਤਾਂ ਰਿਸ਼ਤੇਦਾਰੀ ਹੈਗੀ ਹੈਗੀ। ਅੱਛਾ ਚੱਲ ਠੀਕ ਆ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਉਹ ਮੈਂ ਕਿਹਾ ਜਿਹੜੇ ਮਾਮੇ ਕਹਿੰਦੇ ਸੂਟ ਜਿਹੇ ਨਹੀਂ ਦਿੱਤੇ ਸੀ ਤੈਨੂੰ? ਅੱਛਾ ਉਹ ਦੋ ਹਨਾ, ਹਾਂ ਇੱਕ ਪੀਲੇ ਜੇ ਰੰਗ ਦਾ ਸੀਗਾ, ਇੱਕ ਪਿਆਜੀ ਜੇ ਰੰਗ ਦਾ। ਅੱਛਾ ਉਹ ਫਿਰ ਮੈਨੂੰ ਉੱਥੇ ਤਾਈ ਟੱਕਰੀ ਸੀਗੀ, ਉਹ ਵੀ ਆਪਦੀ ਨੂੰਹ ਦੇ ਕੱਪੜੇ ਸਿਉਣੇ ਦੇਣ ਜਾਂਦੀ ਸੀਗੀ, ਤੇ ਮੈਂ ਆਖਿਆ ਮੈਂ ਤਾਂ ਆਪ ਵੀ ਮੰਡੀ ਤਾਂ ਜਾਇਆ ਨੀ ਜਾਂਦਾ, ਵੀ ਮੇਰੀ ਬੀਬੀ ਕੋਲੇ ਪਏ ਆ ਦੋ, ਵੀ ਉਹੀ ਸਿਉਣੇ ਦੇ ਜਾਣੀ ਆ ਮੈਂ ਵੀ। ਅੱਛਾ ਹੋਰ ਫਿਰ ਵਿਸਾਖੀ ਤੇ ਜਾਵਾਂਗੇ, ਆਹੀ ਸੂਟ ਆ ਮੇਰੇ ਕੋਲੇ, ਇੱਕ ਉਹ ਹੈਗਾ ਪਿਆਜੀ ਜਾ। ਅੱਛਾ ਜਿਹੜੇ ਉਹ ਮੇਰੇ ਕੋਲੇ ਪਾਇਆ ਛੂਟ ਉਹ ਕਹਿੰਦੀ ਆ? ਹਾਂ ਹਾਂ ਬੇਬੇ ਉਹੀ ਕਹਿੰਦੀ ਆ ਮੈਂ। ਕੋਈ ਨੀ ਵੇਖ ਕੇ ਦੇ ਦੂੰਗੀ ਉਹ ਨਾ, ਹੁਣ ਕਿੱਦਾਂ ਦੀ ਮੈਂ ਪੇਟੀ ਖੋਲਦੀ ਨੀ, ਕੋਈ ਖਲ ਖੁੰਜੇ ਚ ਪਏ ਹੋਣੇ ਆਗੇ। ਚੱਲ ਮੈਂ ਨਾਲੇ ਤੈਨੂੰ ਪਾਣੀ ਲਿਆ ਕੇ ਦਿੰਦੀ ਆ, ਨਾਲੇ ਕੰਡੇ ਜੇ ਵਾਲੀ ਚਾਹ ਬਣਾਉਣੀ ਆ, ਫਿਰ ਤੂੰ ਚਾਹ ਪੀ ਕੇ ਨਾ ਦੋਨੇ ਸੂਟ ਭਾਲ ਕੇ ਦੇ ਦੀ। ਚੱਲ ਕੋਈ ਨੀ ਫਿਰ ਭਾਲ ਲਾਂਗਾ, ਬਣਾ ਲਿਆ ਚਾਹ ਨਾ ਮੈਨੂੰ ਚੱਲ ਪਾਣੀ ਠੀਕ ਹੈ। ਲੈ ਇਹਨੂੰ ਮੈਂ ਕਹਿ ਤਾਂ ਬੈਠੀ ਵੀ ਮੈਂ ਤੈਨੂੰ ਪੇਟੀ ਖੋਲ ਕੇ ਭਾਲ ਕੇ ਦੇ ਦੂੰਗੀ, ਉਹ ਤਾਂ ਮੈਂ ਦੋਨੇ ਛੂਟ ਬਿੰਦਰ ਨੂੰ ਦੇਤੇ। ਲੈ ਇਹਦੀ ਵੀ ਅੱਖ ਮੇਰੇ ਪੇਕਿਆਂ ਵਾਲੇ ਛੂਟਾਂ ਤੇ ਰਹਿੰਦੀ ਹੈਗੀ, ਇਹਦੇ ਪੇਕੇ ਆਪਦੇ ਜਾਣੇ ਤਾਂ ਕਹਿੰਦੀ ਰਹਿੰਦੀ ਏਡੇ ਤਕੜੇ ਏਡੇ ਤਕੜੇ ਆ, ਉਹਨਾਂ ਤੋਂ ਲੈ ਲੈ, ਸਾਰਾ ਦਿਨ ਇੱਥੇ ਝਾਕ ਰੱਖਦੀ ਹੈਗੀ। ਮੈਂ ਵੀ ਆਪਦੀ ਧੀ ਨੂੰ ਦੇਣੀ ਹੈਗੇ ਛੂਟ, ਦੇ ਦੇ ਬੇਬੇ ਛੂਟ ਭਾਲ ਕੇ, ਉਹਨਾਂ ਛੂਟਾਂ ਤਾਂ ਮੇਰੀ ਧੀ ਦਾ ਹੱਕ ਹੈਗਾ, ਮੈਂ ਇੱਥੋਂ ਭਾਲਦੀ ਹੈਗੀ ਛੂਟ। ਲੈ ਪਾਣੀ ਦਾ ਗਲਾਸ ਮੈਂ ਭਰ ਲਿਆ, ਹੁਣ ਚਾਹ ਪਾ ਲਾਂ। ਓਹੋ ਟੱਕਣ ਵੀ ਤੱਤਾ ਗਾ, ਆ ਲੈ ਬੇਬੇ ਚਾਹ ਤੇ ਆ ਲੈ ਪਾਣੀ। ਲੈ ਆਪੇ ਮੈਂ ਤਾਂ ਪੀਂਦੀ ਨੀ, ਮੈਂ ਤਾਂ ਤੇਰੇ ਜੋਗਰੀ ਬਣਾਤੀ, ਅੱਛਾ ਦੁੱਧ ਜੇ ਚ ਪੱਤੀ ਪਾਤੀ ਥੋੜੀ। ਤੇ ਅੱਜ ਪਾਲੀ ਕਿੱਥੇ ਗਿਆ ਗਾ? ਪਾਲੀ ਖੇਤ ਗਿਆ ਸੀ ਬੇਬੇ, ਕਣਕ ਕੋਲੇ ਕਣਕ ਦੇਖਣ। ਆ ਤੈਨੂੰ ਪਤਾ ਹੁਣ ਵਿਸਾਖੀ ਆ ਰਹੀ ਆ, ਹੋਰ ਆ ਮਸ਼ੀਨਾਂ ਮਸ਼ੀਨਾਂ ਜਿਹੀਆਂ ਵੀ ਲੋਟ ਕਰੀ ਜਾਂਦੇ ਹੈਗੇ। ਚੱਲ ਦੇਖ ਆਊਗੀ ਕਿਹੜੀ ਵੱਢਣ ਵਾਲੀ ਆ ਕਿਹੜੀ ਨਾ, ਫਿਰ ਵਿਸਾਖੀ ਤੋਂ ਬਾਅਦ ਵੱਢ ਲਾਂਗੇ। ਹੋਰ ਵਿਸਾਖੀ ਤੋਂ ਬਾਅਦ ਹੀ ਫਿਰ ਹੁਣ ਕੰਮ ਚੱਲੂਗਾ। ਐ ਤਾਂ ਹੈਗਾ, ਲੈ ਲੈਂਦੀ ਘੁੱਟ ਤੂੰ ਵੀ ਨਾ। ਮੈਂ ਨੀ ਪੀਣੀ ਬੇਬੇ, ਮੈਂ ਤਾਂ ਐ ਕਹਿੰਦੀ ਆ ਵੀ ਚਾਹ ਪੀ ਤੂੰ ਫਟਾਫਟ, ਆਪਾਂ ਪੇਟੀ ਖੋਲੀਏ, ਮੈਨੂੰ ਤਾਂ ਕਾਹਲੀ ਲੱਗੀ ਪਈ ਆ। ਸੂਟੀ ਵਾਲੇ ਸੋਹਣੇ ਸੀ ਮਾਮੇ ਕੇ ਵਾਲੇ ਤਾਂ। ਕੋਈ ਨੀ ਖੋਲ ਲਾਂਗੇ, ਤੂੰ ਕੰਮ ਧੰਦਾ ਨਿਬੇੜ ਲੈਨੇ। ਕੰਮ ਧੰਦਾ ਹੁਣ ਨਿਬੇੜ ਤਾਂ ਲਿਆ, ਹੁਣ ਦੁਪਹਿਰੇ ਕੀ ਕੰਮ ਧੰਦਾ ਕਰਨਾ? ਲੀੜੇ ਲੂੜੇ ਧੋ ਲਾ। ਲੀੜੇ ਬੇਬੇ ਮੈਂ ਕੱਲ ਨੂੰ ਧੋਊਂਗੀ, ਚਾਰ ਕੀ ਸੀਗੇ। ਚੱਲ ਕੋਈ ਨੀ ਫਿਰ ਫਰੋਲ ਲੈਨੇ ਆ। ਹੋਰ ਫਰੋਲ ਜਰਕ ਦੇ ਨੀ, ਪੀ ਲਾ ਚਾਹ। ਹੁਣ ਫਿਰ ਤੂੰ ਉਹੀ ਸਮਾਉਣੇ ਕੋਈ ਹੋਰ ਲਿਆਉਂਦੀ ਹੌਲਾ ਭਰਾ? ਲੈ ਬੇਬੇ ਤੈਨੂੰ ਪਤਾ ਹੁਣ ਆਪਣਾ ਹੱਥ ਤਾਂ ਕਿੰਨਾ ਤੰਗ ਆ, ਆ ਦੁੱਧ ਪਾ ਕੇ ਤਾਂ ਮਸਾ ਗੁਜ਼ਾਰਾ ਹੁੰਦਾ ਹੈਗਾ। ਫਿਰ ਹੁਣ ਉਹ ਤਾਂ ਬਾਹਲੇ ਥੱਲੇ ਪਏ ਹੋਣੇ ਹੈਗੇ, ਉਹ ਮੈਂ ਤੈਨੂੰ ਕਿੱਥੇ ਭਾਲ ਕੇ ਦੇਵਾਂਗੀ? ਮੈਂ ਲੱਗ ਜੂੰਗੀ ਤੇਰੇ ਨਾਲ, ਤੈਨੂੰ ਕੱਲੀ ਨੂੰ ਤਾਂ ਨਹੀਂ ਕਹਿੰਦੀ ਵੀ ਤੂੰ ਭਾਲ ਸੂਟ? ਇੱਕ ਲਾਈਟ ਹੈ ਨੀ ਗੀ, ਮੈਂ ਪੱਖਾ ਪੁੱਖਾ ਲਾ ਕੇ ਕੱਢ ਲੈਂਦੀਆਂ, ਬਾਹਲੇ ਥੱਲੇ ਸਿੱਟੇ ਪਏ ਹੋਣੇ ਆ। ਮੈਨੂੰ ਐਂ ਕਰ, ਮੈਨੂੰ ਦੇ ਦੇ ਚਾਬੀ ਤੇ ਮੈਂ ਫਰੋਲ ਲਾਣੀ ਆ, ਤੂੰ ਬਹਿ ਜਾ ਫਿਰ।
ਆ ਕਿਵੇਂ ਫਰੋੜ ਲੈਂਦੀ ਮਾਂ ਦੀ ਪੇਟੀ ਨੂੰ ਕਿਵੇਂ ਭਾਈ ਹੁਣ ਉਹ ਗੱਲ ਤੈਨੂੰ ਕੁੰਜੀ ਪੜਾ ਦੇ ਲੈ ਫੇ ਹੱਦ ਹੋਈ ਪਈ ਆ ਗਈ ਹੋਰ ਸਾਹ ਹੁੰਦੀ ਕੋਈ ਬੁੜੀਆਂ ਦੀ ਕਬੀਲਦਾਰੀ ਵਾਲਾ ਕੋਈ ਮੈਂ ਵੀ ਤੇਰੀ ਨੂੰਹ ਆ ਸੁਖਣਾ ਦਾ ਨੋ ਤਾਂ ਹੈਗੀ ਆਂਗੀ ਸੁਖਣਾ ਤੂੰ ਤਾਂ ਮੈਨੂੰ ਧੀ ਤੋਂ ਵੀ ਪਿਆਰੀ ਆਂਗੀ ਮੇਰੇ ਇੱਕ ਨੂੰਹ ਆਂਗੀ ਹਾਂ ਫੇਰ ਉਹੀ ਤਾਂ ਗੱਲ ਐ ਚੱਲ ਕੋਈ ਨਹੀਂ ਫਰੋੜ ਲਾਂਗੇ ਟਾਈਮ ਜੇ ਲੱਗ ਜਾਂਦੇ ਕਰ ਮੈਨੂੰ ਮੈਂ ਤਾਂ ਗੱਲ ਕੀ ਆ ਮੈਂ ਦੱਸਦੀ ਕਿਉਂ ਨਹੀਂ ਤੂੰ ਗੱਲ ਤਾਂ ਕੁਛ ਵੀ ਨਹੀਂ ਗੀ ਮੈਂ ਤਾਂ ਐ ਲੱਗਦਾ ਨਾਰੇ ਦੇ ਲਾਈ ਜਾਂਦੀ ਆ ਤੂੰ ਮੈਨੂੰ ਐ ਦੱਸ ਵੀ ਸੂਟ ਦੇਣੇ ਆ ਜਾਂ ਨਹੀਂ ਦੇਣੇ ਬਿੰਦਰ ਭੈਣ ਨੂੰ ਕਿਵੇਂ ਤੂੰ ਚਾਬੀ ਦੇ ਦਿੰਦੀ ਉਹ ਸਾਰੀ ਪੇਟੀ ਦੀ ਥੱਲ ਥੱਲ ਕਰ ਦਿੰਦੀ ਹੈਗੀ ਪੁੱਤ ਤੈਨੂੰ ਪਤਾ ਤਾਂ ਹੈਗਾ ਗਾ ਪਹਿਲਾਂ ਤਾਂ ਰੀਤ ਚੱਲੀ ਆਈ ਆ ਧੀਆਂ ਤਾਂ ਪੇਟੀਆਂ ਫਰੋਲਦੀਆਂ ਆਂਗਾ ਗਾ ਅੱਛਾ ਧੀਆਂ ਦੀ ਰੀਤ ਹੋ ਗਈ ਤੇ ਨੂੰਹਾਂ ਦੀ ਨਹੀਂ ਹੋਈ ਹੈ ਨੂੰਹਾਂ ਨੂੰ ਤੁਸੀਂ ਕੁਝ ਸਮਝਦੇ ਨਹੀਂ ਫਿਰ ਤੂੰ ਆਪਣੀ ਮਾਂ ਦੀ ਪੇਟੀ ਤੇ ਜਾ ਕੇ ਜ਼ਿੰਮੇਵਾਰੀ ਹੈਗੀ ਤੇ ਮੇਰੀ ਧੀ ਵੀ ਮੇਰੇ ਘਰੇ ਹੈਗੀ ਮੈਂ ਕੋ ਜਾਣਾ ਆਪਣੀ ਮਾਂ ਦੀ ਪੇਟੀ ਤੇ ਬੇਬੇ ਸੁੱਖ ਨਾਲ ਮੇਰੀ ਭਰਜਾਈ ਆ ਉਹਦਾ ਹੱਕ ਹੈਗਾ ਜਦੋਂ ਉਹ ਮੇਰੀ ਬੇਬੇ ਦਾ ਲੀੜਾ ਕੱਪੜਾ ਧੋਂਦੀ ਆ ਰੋਟੀ ਦਿੰਦੀ ਆ ਸਾਂਭਦੀ ਆ ਤੇ ਉਹੀ ਗੱਲ ਇੱਥੇ ਆ ਆ ਹੁਣ ਜਦੋਂ ਮੈਂ ਤੈਨੂੰ ਸਾਂਭਦੀ ਹੈਗੀ ਤੇ ਰੋਟੀ ਪਾਣੀ ਦਿੰਦੀ ਆ ਤੇ ਫਿਰ ਮੇਰਾ ਹੀ ਹੱਕ ਹੋਇਆ ਨਹੀਂ ਪੁੱਤ ਜਦੋਂ ਹੱਕ ਹੋਇਆ ਤੈਨੂੰ ਮੈਂ ਦੱਸੂਗੀ ਹੁਣ ਨਹੀਂ ਤੈਨੂੰ ਪਏ ਚਾਬੀ ਫੜਾ ਸਕਦੀ ਗੀ ਮੈਂ ਅੱਛਾ ਅੱਛਾ ਮੈਂ ਸਮਝ ਗਈ ਇਹਦਾ ਮਤਲਬ ਤਾਂ ਭੈਣ ਦਾ ਹੀ ਹੱਕ ਹੈਗਾ ਨਹੀਂ ਵੱਡ ਕੇ ਭੈਣ ਦੇ ਹੱਕ ਆਲ ਗਿਆ ਤੈਨੂੰ ਪਾਲ ਕੇ ਦੇ ਦੂੰਗੀ ਤੂੰ ਕਿਹੜਾ ਵਿਆਹ ਜਾਣਾਗਾ ਚੱਲ ਬੇਬੇ ਜਦੋਂ ਤੇਰੀ ਮਰਜ਼ੀ ਹੋਈ ਜਾਂ ਜਦੋਂ ਤੇਰਾ ਜੀ ਕਰਿਆ ਉਦੋਂ ਕੱਢ ਕੇ ਦੇ ਦੀ ਸੂਟ ਮੈਨੂੰ ਚੱਲ ਕੋਈ ਨਹੀਂ ਪਾਲ ਲਾਂਗੇ ਜਦੋਂ ਟਾਈਮ ਲੱਗਿਆ ਕਿੱਡੀ ਕਾਲੀ ਹੋਈ ਪਈ ਹੈ ਛੂਟਾਂ ਤੇ ਛੂਟ ਦੇ ਦੇ ਛੂਟ ਦੇ ਦੇ ਪੇਕਿਆਂ ਤੋਂ ਲਿਆ ਛੂਟ ਵੱਡੀ ਪੇਕਿਆਂ ਵਾਲੀ ਲੈ ਯਾਰ ਆਹ ਕਣਕ ਤਾਂ ਹਰੀ ਆ ਤੇ ਉਧਰ ਲਿਆ ਜਾਊਗੀ ਵਿਸਾਖੀ ਤੋਂ ਬਾਅਦ ਇਹ ਤਾਂ ਹਜੇ ਦਿਨ ਕੱਢੂਗੀ ਚੱਲ ਕੋਈ ਨਹੀਂ ਵੱਢ ਲਾਂਗੇ ਚਾਚੇ ਕੀ ਮਸ਼ੀਨ ਆ ਉਹ ਕੀ ਹਾਲ ਆ ਉਹ ਠੀਕ ਆ ਕਿਵੇਂ ਛੋਟੇ ਭਾਈ ਠੀਕ ਹੈ ਹੋਰ ਫਿਰ ਹੋਰ ਠੀਕ ਆ ਠੀਕ ਹੈ ਆ ਜਾ ਬਹਿਣੇ 10 ਮਿੰਟ ਖੇਤ ਆ ਇਸ ਫਿਰ ਕਣਕ ਦੇਖਣਾ ਹੈ ਹੋਰ ਮੈਂ ਤਾਂ ਆਖਾਂ ਮਹਾਂ ਨਾਲੇ ਤਾਂ ਕਣਕ ਦੇਖ ਅੱਗੇ ਮਹਾਂ ਕਿੰਨੇ ਕਿ ਦਿਨ ਕੱਢੂਗੀ ਫਿਰ ਮਸ਼ੀਨ ਮਸ਼ੀਨ ਵਾਲੇ ਨੂੰ ਵੀ ਆਖਾਂਗੇ ਹਾਂ ਹਾਂ ਬੰਦਿਆਂ ਨੂੰ ਵੀ ਤੈਨੂੰ ਪਤਾ ਆਖਣਾ ਪੈਂਦਾ ਟਰਾਲੀਆਂ ਟਰੂਲੀਆਂ ਕਿਹੜਾ ਹੀ ਮਿਲਦੀਆਂ ਬਾਈ ਹਾਂ ਕਹਿਣਾ ਪੈਂਦਾ ਉਹ ਪ੍ਰਬੰਧ ਪਹਿਲੀ ਕਰਕੇ ਰੱਖਣਾ ਪੈਂਦਾ ਰੱਖਣਾ ਪੈਂਦਾ ਮੌਕੇ ਤੇ ਮਿਲਦੀ ਨਹੀਂ ਚੀਜ਼ ਸਹੀ ਗੱਲ ਹੈ ਤੂੰ ਕਿੱਧਰ ਫਿਰਦਾ ਸੀ ਮੈਂ ਤਾਂ ਬਾਹਰ ਚ ਬੈਠਾ ਸੀਗਾ ਯਾਰ ਅੱਛਾ ਉੱਥੇ ਧੁੱਪ ਜੀ ਲੱਗੀ ਮਾ ਚੱਲ ਸਟੇਡੀਅਮ ਚ ਚੱਲਦੇ ਆ ਹਾਂ ਚੱਲ ਇਹ ਵੀ ਲੋਟ ਆ ਬਾਈ ਇੱਥੇ ਬੈਠਣ ਨੂੰ ਛਾਂ ਤਾਂ ਹੈਗੀ ਹੈ ਹੋਰ ਨਾਲੇ ਇੱਥੇ ਵਧੀਆ ਤੂੰ ਮਿਲ ਗਿਆ ਹੁਣ ਹਾਂ ਗੱਲਾਂ ਬਾਤਾਂ ਕਰਦੇ ਆ 10 ਮਿੰਟ ਬਹਿ ਕੇ ਟਾਈਮ ਪਾਸ ਹੋ ਜਾਂਦੇ ਨੇ ਨਾਲ ਹੋਰ ਘਰੇ ਕਿਹੜਾ ਜੀ ਲੱਗਦਾ ਯਾਰ ਉਹ ਘਰੇ ਵੀ ਤੈਨੂੰ ਪਤਾ ਦੇਣੀ ਹੈ ਇਹ ਜੇ ਆ ਗਏ ਭੈਣ ਦੇ ਯਾਰ ਹੋਰ ਹੁਣ ਤਾਂ ਦਿਨ ਬਸ ਬੇਰੁੱਖੇ ਜੇ ਆ ਗਏ ਰੁੱਖੇ ਜੇ ਦੇਣਾ ਹਨਾ ਜੇ ਪੈ ਜਗੇ ਪੱਖੇ ਥੱਲੇ ਨੀਂਦ ਆਉਣ ਲੱਗ ਜਾਂਦੀ ਆ ਭੈਣ ਹੋਰ ਤੇ ਹੋਰ ਕਿਵੇਂ ਆ ਕਣਕ ਕਣਕ ਤਾਂ ਠੀਕ ਆ ਵਧੀਆ ਵਧੀਆ ਹਾਂ ਚੱਲ ਭਾਈ ਵਧੀਆ ਚਾਹੀਦੀ ਆ ਚਾਰ ਮਨ ਦਾਣੇ ਹੋ ਜਾਣ ਕਿ ਨਹੀਂ ਅਬ ਵਿਸਾਖੀ ਤੋਂ ਬਾਅਦ ਆ ਜੂਗੀ ਹੁਣ ਹਾਂ ਹੁਣ ਤਾਂ ਬਸ ਵਿਸਾਖੀ ਤੋਂ ਬਾਅਦ ਤਾਂ 10 ਦਿਨਾਂ ਚ ਨਿਮੇੜ ਦੇਣਗੇ ਕੰਮ ਹਾਂ ਵਿਸਾਖੀ ਤੋਂ ਬਾਅਦ ਤਾਂ ਸਾਰੇ ਲੱਗ ਜਾਣਗੇ ਵੱਢਣ ਹਾਂ ਫਿਰ ਤਾਂ ਚੱਲ ਪੈਂਦਾ ਕੰਮ ਕਿਹੜਾ ਇੱਕ ਨੇ ਵੱਢ ਲਈ ਫਿਰ ਤਾਂ ਤੈਨੂੰ ਪਤਾ ਨਾ ਦਿਨਾਂ ਚੱਲ ਪੈਂਦਾ ਫੇਰ ਤਾਂ ਰੀਸੋ ਰੀਸੀ ਹੋ ਜਾਂਦਾ ਕਿਤੇ ਪਹਿਲਾਂ ਆਪਾਂ ਨਿਮੇੜ ਗਏ ਯਾਰ ਹਾਂ ਤੇ ਹੋਰ ਘਰੇ ਠੀਕ ਆ ਸਾਰੇ ਵਧਗਾ ਹਾਂ ਹਾਂ ਠੀਕ ਆ ਵਧੀਆ ਸਾਰੇ ਗੱਲ ਵਧਗੀ ਚਾਹੀਦੀ ਬਈ ਜਿਵੇਂ ਕਿ ਗੱਲ ਆਖਾਂ ਗੁੱਸਾ ਤਾਂ ਨਹੀਂ ਕਰਦਾ ਬਾਈ ਨਾ ਨਾ ਗੁੱਸਾ ਕਾਹਦਾ ਬਾਈ ਯਾਰ ਤੂੰ ਦੱਸ ਯਾਰ ਕੀ ਗੱਲਬਾਤ ਆ ਉਹ ਮੈਂ ਤਾਂ ਐ ਕਹਿਆ ਸੀ ਆਪਾਂ ਇਹਨੂੰ ਤੀਜੇ ਕਿ ਦਿਨ ਆਈ ਰਹਿੰਦੀ ਹੈਗੀ ਕੀ ਕਰਦੀ ਹੈ ਕਿ ਕੋਈ ਰਿਸ਼ਤੇ ਰੁਸ਼ਤੇ ਕਰਾਉਂਦੀ ਹੈ ਉਹ ਨਾ ਨਾ ਰਿਸ਼ਤੇ ਰੁਸ਼ਤੇ ਦਾ ਕਾਹਨੂੰ ਕਰਾਉਂਦੀ ਆ ਇਹਦਾ ਯਾਰ ਬੇਬੇ ਫੋਨ ਕਰ ਦਿੰਦੀ ਹੈ ਕਿ ਮੇਰਾ ਜੀ ਨਹੀਂ ਲੱਗਦਾ ਉਹ ਨੇੜੇ ਹੈਗੀ ਆ ਤੈਨੂੰ ਪਤਾ ਜਦੋਂ ਬੇਬੇ ਫੋਨ ਕਰ ਦਿੰਦੀ ਆ ਉਹਦੀ ਆ ਜਾਂਦੀ ਆ ਉਹ ਨੇੜੇ ਤਾਂ ਹੈਗੀ ਆ ਬਾਈ ਜੋਤੀ ਪੁੱਤ ਵਿਆਹਿਆ ਜਾਵੇ ਨਾ ਰੋਜ਼ ਰੋਜ਼ ਚੰਗਾ ਨਹੀਂ ਲੱਗਦਾ ਗੱਲ ਤਾਂ ਤੇਰੀ ਵੀ ਆ ਵੀ ਠੀਕ ਆ ਬਾਈ ਮੈਂ ਤਾਂ ਕਦੇ ਸੋਚੇ ਨਹੀਂ ਸੀ ਯਾਰ ਇਹ ਗੱਲ ਉਹ ਬੁਰਾ ਲੱਗਦਾ ਦੇਖਣ ਵਾਲਾ ਸੌ ਕੁਝ ਕਹਿੰਦਾਗਾ ਹਾਂ ਬਾਈ ਸਹੀ ਗੱਲ ਹੈ ਕਹਿੰਦੇ ਹੀ ਆ ਯਾਰ ਦੇਖਣ ਵਾਲਾ ਤਾਂ ਮੈਂ ਤਾਂ ਇਹ ਗੱਲ ਕਣੀ ਕਿਤੇ ਧਿਆਨ ਹੀ ਨਹੀਂ ਦਿੱਤਾ ਸੀ ਯਾਰ ਓਏ ਧਿਆਨ ਦੇ ਨਾ ਫਿਰ ਤੂੰ ਕੋਈ ਨਹੀਂ ਬਾਈ ਅੱਜ ਤੂੰ ਮੈਨੂੰ ਗੱਲ ਕਹਿਤੀ ਤਾਂ ਤੇਰੀ ਗੱਲ ਮੈਂ ਦਿਮਾਗ 'ਚ ਪਾ ਲਈ ਅੱਜ ਮੈਂ ਘਰੇ ਜਾ ਕੇ ਬੇਬੇ ਨਾਲ ਕਰਦਾ ਗੱਲ ਹੋਰ ਗੱਲ ਕਰ ਯਾਰ ਰੋਜ਼ ਰੋਜ਼ ਮੰਦਾ ਲੱਗਦਾਗਾ ਕੰਮ ਉਹ ਗੱਲ ਤਾਂ ਉਹੀ ਆ ਬਾਈ ਹੁਣ ਮੈਂ ਆ ਹੁਣ ਤੇਰੀ ਭਰਜਾਈ ਕਿੰਨਾ ਕੁ ਜਾਂਦੀ ਆ ਤੈਨੂੰ ਪਤਾ ਹੀ ਆ ਉਹੀ ਤਾਂ ਗੱਲ ਆ ਕੰਮ ਤਾਂ ਤੇ ਇੱਥੇ ਨਹੀਂ ਲੋਟ ਆਉਂਦਾ ਕੰਮ ਤਾਂ ਤੇ ਆਪਦੀ ਨਹੀਂ ਲੋਟ ਆਉਂਦੇ ਘਰੇ ਹਾਂ ਘਰੇ ਨਹੀਂ ਲੋਟ ਆਉਂਦਾ ਤੈਨੂੰ ਪਤਾ ਕਦੇ ਮੈਂ ਸਾਂ ਹੋ ਕਦੇ ਗੋਹਾ ਪਤਲਾ ਉਹਦੇ ਜਿੱਦੇ ਜਾਂਦੀ ਆ ਤੜਕੇ ਜਾਂਦੀ ਆ ਤੇ ਹੱਥ ਨੂੰ ਬਾਈ ਘਰੇ ਆਉਣੇ ਆ ਪਸ਼ੂ ਡੰਗਰ ਰੱਖੇ ਨਹੀਂ ਹੋਣੇ ਫਿਰ ਭੈਣ ਕਿਆ ਨੇ ਕੋਈ ਪਸ਼ੂ ਡੰਗਰ ਰੱਖਦੇ ਨਹੀਂ ਮੈਂ 20 ਵਾਰੀ ਕਹਿ ਕੇ ਆਇਆ ਵੀ ਭਾਈ ਦੋ ਪਸ਼ੂ ਰੱਖ ਲਓ ਨਾ ਤਾਂ ਤੁਹਾਡਾ ਘਰ ਦੀ ਕਬੀਲਦਾਰੀ ਚੱਲੂ ਦੁੱਧ ਪਾਇਆ ਕਰੋਗੇ ਹੋਰ ਨਾਲੇ ਤੁਸੀਂ ਦੋਨੇ ਕੰਮ ਲੱਗੇ ਰਹੋਗੇ ਹੋਰ ਬੰਦਾ ਕੰਮ ਲੱਗਿਆ ਰਹਿੰਦਾਗਾ ਉਹ ਉਹੀ ਤਾਂ ਗੱਲ ਆ ਬੁਰਾ ਲੱਗਦਾ ਬਾਈ ਲੋਕਾਂ ਨੂੰ ਹੋਰ ਯਾਰ ਤੇ ਚੱਲ ਗਏ ਫਿਰ ਆਪਾਂ ਘਰ ਨੂੰ ਹਨਾ ਚੱਲ ਫਿਰ ਚੱਲ ਵੜਦੇ ਘਰ ਨੂੰ ਹਾਂ ਹਚਾਏ ਮੈਂ ਤੈਨੂੰ ਆਏ ਪੌਦਾ ਸੀ ਕਣਕ ਕੀ ਤਾਂ ਬਣਾਏਗਾ ਇਤਕੀ ਕਣਕ ਦਾ ਵਢਾ ਲਾਂਗੇ ਦੇਖਾਂਗੇ ਕਿਵੇਂ ਕੁਝ ਚੱਲਦਾ ਰੇਟ ਰੂਟ ਇਤਕੀ ਮੈਂ ਤੈਨੂੰ ਆਇਆ ਯਾਰ ਸੀ ਮਹਾ ਬੀੜੀ ਕਰ ਲਾਂਗੇ ਇਕੱਠੀ ਵਢਾ ਲਾਂਗੇ ਹਾਂ ਕੋਈ ਗੱਲ ਨਹੀਂ ਇਕੱਠੀ ਵਢਾ ਲਾਂਗੇ ਉਹ ਤਾਂ ਹੋਰ ਨਾਲੇ ਮੈਂ ਟਰੈਕਟਰ ਦੇ ਦੂੰ ਤੈਨੂੰ ਤੂੰ ਮੈਨੂੰ ਦੇ ਨਾ ਨਾ ਕੋਈ ਗੱਲ ਨਹੀਂ ਇਕੱਠੀ ਵਢਾ ਲਾਂਗੇ ਇੱਕ ਮਸ਼ੀਨ ਹੀ ਪੁੱਛ ਲਾਂਗੇ ਮੈਂ ਪੁੱਛ ਲਈ ਪਰ ਤੂੰ ਹੀ ਕਰ ਲਈ ਗੱਲ
ਠੀਕ ਹੈ ਚੱਲ ਮੈਂ ਪੁੱਛ ਲੂੰਗਾ ਹਾਂ ਤੂੰ ਪੁੱਛ ਲਈ ਬਸ ਆਪਣੀ ਦੋਨਾਂ ਦੀ ਗੱਲ ਵਿੱਚ ਕਰ ਲੈ ਮੈਂ ਆਪੇ ਗੱਲ ਕਰ ਲੂੰ ਚਲੋ ਹਾਂ ਤੇ ਟਰਾਲੀਆਂ ਟਰੂਲੀਆਂ ਦਾ ਆਪਾਂ ਕਰ ਲਾਂਗੇ ਹਾਂ ਉਹ ਤਾਂ ਹੋ ਜੂਗਾ ਚੱਲ ਗਏ ਫਿਰ ਚੱਲ ਫਿਰ ਆ ਚੱਲ ਗਏ ਫਿਰ ਲੈ ਰਲਾਤੀ ਸਨੀ ਸੁਣੀ ਹਾਂ ਬਸ ਇਹਨਾਂ ਨੂੰ ਤਾਂ ਪਾਤੀ ਕੱਟਰੂਆਂ ਜਿਹਾਂ ਨੂੰ ਛਾਂ ਆ ਗਈ ਸੀ ਖੁਰਲੀ ਤੇ ਅੱਛਾ ਇਹਨਾਂ ਨੂੰ ਪਾਉਣ ਵਾਲੀ ਰਹਿੰਦੀ ਆ ਗੋਹਾ ਟਾਲ ਕੇ ਬਸ ਤੂੜੀ ਪਾਈ ਪਈ ਹੈਗੀ ਚੱਲ ਪਾ ਦੇ ਮੈਂ ਪਾ ਦੂੰਗਾ ਕੋਈ ਨਹੀਂ ਚੱਲ ਕੋਈ ਨਾ ਸੰਨੀ ਦਾ ਮੈਂ ਪਾ ਦੂੰ ਤੇ ਕਣਕ ਦੇਖਿਆ ਹੀ ਤੁਸੀਂ ਕਣਕ ਤਾਂ ਹਜੇ ਟਾਈਮ ਲੱਗੂਗਾ ਹਜੇ ਦੂਜੀ ਤਾਂ ਹਰੀ ਖੜੀ ਉਰਲੀ ਤਾਂ ਅੱਛਾ ਪਰਲੀ ਵਿਸਾਖੀ ਤੋਂ ਪਹਿਲਾਂ ਆ ਜੂ ਤਾਂ ਉਹ ਵੱਢਦਾ ਹੁਣ ਵਿਸਾਖੀ ਤੋਂ ਬਾਅਦ ਹੀ ਲਵਾਂਗੇ ਅੱਛਾ ਅੱਛਾ ਓਏ ਆਏ ਆ ਫਿਰ ਤੈਨੂੰ ਪਤਾ ਕੋਈ ਰਿਸ਼ਤੇਦਾਰ ਆ ਜਾਂਦਾ ਫਿਰ ਅਗਲਾ ਕਹਿੰਦਾ ਆਪ ਤਾਂ ਕਣਕ ਵੱਢੀ ਜਾਂਦੇ ਹਾਂ ਹਾਂ ਇਹ ਤਾਂ ਹੈਗਾ ਚਲ ਤੁਸੀਂ ਪੀਓ ਪਾਣੀ ਧਾਣੀ ਮੈਂ ਟਾਲ ਆਵਾਂ ਗੋਹਾ ਨਾਲੇ ਸੰਨੀ ਪਾਇਆ ਮੈਂ ਪਾਣੀ ਧਾਣੀ ਤਾਂ ਮੈਂ ਪੀ ਕੇ ਆਇਆ ਬਸ ਠੀਕ ਹੈ ਮੈਂ ਇੱਥੇ ਬੈਠਦਾ ਦਾ ਦਮ ਲੈਣਾ 10 ਮਿੰਟ ਬੇਬੇ ਕਿੱਧਰ ਗਈ ਉਹ ਬੇਬੇ ਅੰਦਰ ਹੀ ਹੋਣੀ ਆ ਆਉਂਦੀ ਆ ਆ ਗਈ ਬੇਬੇ ਕੀ ਕਰਦੀ ਸੀ ਬੇਬੇ ਕੁਛ ਨਹੀਂ ਕਰਦੀ ਪੁੱਤ ਮੈਂ ਤਾਂ ਉੱਥੇ ਅੰਦਰ ਪਈ ਸੀਗੀ ਅੱਛਾ ਤੇ ਮੈਂ ਤੇਰਾ ਬੋਲਦਾ ਸੁਣ ਕੇ ਬਾਹਰ ਆ ਗਈ ਅੱਛਾ ਅੱਛਾ ਹਾਂ ਖੇਤ ਜਾ ਕੇ ਹਾਂ ਬੇਬੇ ਮੈਂ ਤਾਂ ਖੇਤ ਜਾ ਕੇ ਆਇਆ ਅੱਛਾ ਕਣਕ ਕੁਣਕ ਵਧਗਾ ਹੋਈ ਪਈ ਆ ਹਾਂ ਕਣਕ ਦਾ ਵਧਗਾ ਹੋਈ ਪਈ ਆ ਫਿਰ ਮੇਲੇ ਤੋਂ ਬਾਅਦ ਵੱਡਾ ਵੱਡਾਂਗੇ ਹਾਂ ਬੇਬੇ ਮੇਲੇ ਤੋਂ ਬਾਅਦ ਹੀ ਵੱਡਾਂਗੇ ਅੱਛਾ ਚੱਲ ਵਧਗਾ ਭਾਈ ਆਇਆ ਮੇਲਾ ਤਾਂ ਲੰਘ ਜਾਣ ਦੇ ਫੇਰ ਹੀ ਵੱਡਾਂਗੇ ਹਾਂ ਚੱਲ ਫੇਰ ਆਏ ਮੁੜ ਕੇ ਜੋ ਹੋ ਜਾਂਦੀ ਨਹੀਂ ਵਧਗਾ ਹੋ ਜਾਂਦੀ ਆ ਬੇਬੇ ਅੱਜ ਆਪਣੀ ਕੁੜੀ ਆਈ ਸੀਗੀ ਹਾਂ ਪੁੱਤ ਆਈ ਸੀਗੀ ਵਿੰਦਰ ਆਈ ਸੀਗੀ ਅੱਛਾ ਹਾਂ ਉਹ ਕਿਵੇਂ ਆਈ ਸੀ ਉਹ ਤਾਂ ਉਹੀ ਆ ਗਈ ਮੇਰੇ ਚਿੱਤ ਜਾ ਨਾ ਢਿੱਲਾ ਜਿਹਾ ਹੋਇਆ ਪਿਆ ਸੀ ਮੈਂ ਬੁਲਾ ਲਈ ਫੋਨ ਕਰਕੇ ਓਏ ਉਹ ਤਾਂ ਤੇਰੀ ਗੱਲ ਠੀਕ ਆ ਬੇਬੇ ਹਾਂ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਅੱਛਾ ਰੋਜ਼ ਨਾ ਧੀ ਪੁੱਤ ਆਉਂਦਾ ਬੁਰਾ ਲੱਗਦਾ ਉਹ ਬੁਰਾ ਕਿਵੇਂ ਲੱਗਦਾ ਭਾਈ ਤੇ ਹੋਰ ਹੁਣ ਬੇਬੇ ਤੂੰ ਆਪਦੇ ਦਿਮਾਗ ਤੋਂ ਕੰਮ ਲੈਣਾ ਬੁਰਾ ਨਹੀਂ ਲੱਗਦਾ ਕੋਈ ਨਹੀਂ ਪੁੱਤ ਆਪ ਜੋ ਪੇਕਿਆਂ ਦੇ ਘਰੇ ਆਉਂਦੀ ਹੈਗੀ ਉਹ ਕਿਹੜੇ ਕਿਤੇ ਉੱਪਰੇ ਥਾਂ ਆਉਂਦੀ ਹੈ ਕੋਈ ਮਾਂ ਬੈਠੀ ਸੁੱਖ ਨਾਲ ਭਰਾ ਗਏ ਭਰਜਾਈ ਆ ਓਏ ਨਹੀਂ ਚਾਹੇ ਆਉਂਦੀ ਤਾਂ ਪੇਕਿਆਂ ਦੇ ਘਰੇ ਆ ਮੈਂ ਕਦੋਂ ਕਹਿਣਾ ਵੀ ਕਿਤੇ ਹੋਰ ਜਾਂਦੀ ਆ ਨਾਲੇ ਤਾਂ ਹੁਣ ਬਾਈ ਪਤਾਖਾਂ ਕੱਢਦਾ ਹੋਊਗਾ ਉਹਦੇ ਕਣੀ ਵੀ ਰੋਜ਼ ਚੱਕ ਕੇ ਇਹ ਝੋਲਾ ਤੁਰ ਪੈਂਦੀ ਆ ਨਾਲੇ ਆਪਣੇ ਪਿੰਡ ਦੇ ਲੋਕ ਕੀ ਕਹਿੰਦੇ ਹੋਣਗੇ ਵੀ ਇਹਨਾਂ ਨੇ ਜੱਦੇ ਦੀ ਕੁੜੀ ਵਿਆਹੀ ਆ ਦੂਜੇ ਦਿਨ ਇੱਥੇ ਤੀਜੇ ਦਿਨ ਇੱਥੇ ਉਹ ਬੇਬੇ ਬੁਰਾ ਲੱਗਦਾ ਏ ਕੋਈ ਬੁਰਾ ਨਹੀਂ ਲੱਗਦਾਗਾ ਉਹਨਾਂ ਨੂੰ ਪਤਾ ਹੀ ਹੈ ਵੀ ਇਹਦੀ ਮਾਂ ਢਿੱਲੀ ਮਿੱਠੀ ਰਹਿੰਦੀ ਹੈ ਲੋਕਾਂ ਨੂੰ ਵੀ ਚੱਲ ਬੁਲਾ ਲੈਂਦੀ ਹੋਊਗੀ ਉਹ ਰੋਜ਼ ਤਾਂ ਨਹੀਂ ਫਿਰ ਬੁਲਾਉਂਦੇ ਹੁੰਦੇ ਚੱਲ ਕੋਈ ਨਹੀਂ ਪੁੱਤ ਫੇਰ ਕੀ ਹੋਗਾ ਜੇ ਆ ਗਈ ਤਾਂ ਉਹ ਕੀ ਲੈਗੀ ਸਾਕੇ ਛੋਡਾ ਉਹ ਚੱਕ ਕੇ ਤਾਂ ਕੁਛ ਨਹੀਂ ਲੈ ਜਾਂਦੀ ਆ ਹੁਣ ਅੱਜ ਮੈਂ ਉੱਥੇ ਖੇਤ ਗਿਆ ਸੀ ਤੈਨੂੰ ਪਤਾ ਆ ਚਾਚੇ ਦੇ ਮੁੰਡੇ ਨੇ ਕੀ ਆਖਿਆ ਮੈਨੂੰ ਅੱਜ ਮੇਰੇ ਤਾਂ ਗੱਲ ਦਿਲ ਤੇ ਲੱਗ ਗਈ ਮੇਰਾ ਤਾਂ ਮੂਡ ਹੀ ਖਰਾਬ ਹੋ ਗਿਆ ਮੈਂ ਤਾਂ ਉਹਦੇ ਕੋਲੋਂ ਮਸਾਂ ਉੱਠ ਕੇ ਆਇਆ ਉੱਥੋਂ ਕੀ ਕਹਿੰਦਾ ਸੀ ਚਾਚੇ ਦਾ ਮੁੰਡਾ ਲੈ ਉਹ ਤਾਂ ਕਹਿੰਦਾ ਮੇਰੀ ਤਾਈ ਆ ਕਹਿੰਦਾ ਮੇਰੀ ਮਾਂ ਆਉਂਦੀ ਸੀਗੀ ਕਹਿੰਦਾ ਕਹਿਣ ਘਰੇ ਤੁਹਾਡੇ ਵੀ ਕੁੜੀ ਇੱਥੇ ਰੋਜ਼ ਹੀ ਆ ਜਾਂਦੀ ਆ ਰੋਜ਼ ਨਹੀਂ ਕਹਿੰਦਾ ਬੁਰਾ ਲੱਗਦਾ ਬਾਈ ਕਹਿੰਦਾ ਰੋਜ਼ ਅੱਛਾ ਉਹਦੀ ਮਾਂ ਚਾਹ ਕਰਦੀ ਔਖੀ ਹੁੰਦੀ ਸੀ ਘਰ ਰੋਟੀਆਂ ਪਕਾਉਂਦੀ ਔਖੀ ਹੁੰਦੀ ਸੀ ਉਹ ਬੇਬੇ ਤੂੰ ਤਾਂ ਨਾ ਆਪਦੀ ਗੱਲ ਪੁੱਠੇ ਪਾਸੇ ਲੈ ਜਾਣੀ ਹੁੰਦੀ ਆ ਤੂੰ ਤਾਂ ਨਾ ਮੇਰੀ ਗੱਲ ਦਿਮਾਗ 'ਚ ਗੱਲ ਸੁਣਨੀ ਨਹੀਂ ਸਮਾਰ ਕੇ ਨਾ ਫਿਰ ਮੈਂ ਤੈਨੂੰ ਆਈ ਆ ਨਹੀਂ ਆ ਜਿਹੜਾ ਤੇਰੇ ਚਾਚੇ ਦਾ ਮੁੰਡੇ ਨੇ ਤੈਨੂੰ ਦੱਸਿਆਗਾ ਉਹ ਚਾਹ ਕਰਦੀ ਔਖੀ ਹੁੰਦੀ ਆ ਘਰ ਰੋਟੀਆਂ ਲੈ ਕੇ ਜਾਂਦੀ ਆ ਉਹ ਪਕਾ ਕੇ ਉਹਨੂੰ ਚਾਹ ਕਰਦੀ ਨਹੀਂ ਹੁਣ ਉਹਨਾਂ ਦੇ ਘਰੇ ਕੰਮ ਹੈ ਹੀ ਨਹੀਂ ਕੋਈ ਮੈਂ ਉਹਨਾਂ ਨੂੰ ਕਈ ਵਾਰੀ ਆਖਿਆ ਜਿੱਦੇ ਜਾਣਾ ਉਦੇ ਕਹਿ ਕੇ ਆਉਣਾ ਵੀ ਭਾਈ ਦੋ ਪਸ਼ੂ ਬੰਨ ਲੋ ਲਿਆ ਕੇ ਨਾਲੇ ਤਾਂ ਤੁਹਾਡੀ ਘਰ ਦੀ ਕਬੀਲਦਾਰੀ ਚੱਲੂਗੀ ਨਾਲੇ ਤੁਸੀਂ ਕੰਮ ਲੱਗੇ ਰਹੋਗੇ ਹੁਣ ਅਗਲਾ ਕਹਿੰਦਾ ਕੰਮ ਤਾਂ ਇਹ ਡੱਕਾ ਕਰਦੇ ਨਹੀਂ ਚੜਦੀ ਆ ਬਸ ਤੇ ਦੂਜੇ ਦਿਨ ਉਹ ਬੇਬੇ ਤੈਨੂੰ ਨਹੀਂ ਪਤਾ ਲੋਕ ਕਿਵੇਂ ਮੂੰਹ ਕੋ ਜੋੜ ਜੋੜ ਗੱਲਾਂ ਕਰ ਰਿਹਾ ਉਹ ਤਾਂ ਪਸ਼ੂ ਤਾਂ ਮੈਂ ਉਹਨੂੰ ਕਿਹਾ ਸੀ ਵੀ ਰੱਖ ਲਾ ਹੁਣ ਪਰਾਉਣਾ ਤਾਂ ਡਿਊਟੀ ਕਰਦਾਗਾ ਜਵਾਕ ਪੜਨ ਜਾਂਦਾ ਕੱਲੀ ਕਿੱਥੋਂ ਸਾਂਭਲੂਗੀ ਪਸ਼ੂ ਉਹ ਉਹ ਕੱਲੀ ਸਾਂਭਣ ਨੂੰ ਕੀ ਹੋਇਆਗਾ ਘਰੇ ਸਾਰਾ ਦਿਨ ਵਿਹਲੀ ਹੁੰਦੀ ਆ ਦੋ ਪਸ਼ੂ ਸਾਹਮਣੇ ਕਿੰਨੇ ਕੌਖੇ ਆ ਉਹ ਲੋਕਾਂ ਦੀਆਂ ਬੁੜੀਆਂ 10 10 ਪਸ਼ੂ ਸਾਹਮਣੇ ਬੈਠੀਆਂ ਸਾਮੀ ਤਾਂ ਬੈਠੇਗਾ ਪੁੱਤ ਉਹਨੇ ਇੱਥੇ ਵੀ ਨਹੀਂ ਸੀ ਕਿਤੇ ਕੰਮ ਕਰਿਆ ਤੇ ਹੁਣ ਉੱਥੇ ਵੀ ਪਰਾਉਣਾ ਹੁਣ ਡਿਊਟੀ ਤੇ ਜਵਾਕ ਪੜਨ ਵਗ ਜਾਂਦੇ ਕਿ ਪਸ਼ੂ ਕਿੱਥੇ ਸਾਂਭ ਲੂਗੇ ਉਹ ਉਹ ਤੂੰ ਤਾਂ ਬੇਬੇ ਆਪਦੀ ਗੱਲ ਮੁੱਖ ਰੱਖਣੀ ਹੁੰਦੀ ਹੈ ਤੂੰ ਤਾਂ ਮੰਨਣੀ ਤਾਂ ਹੈ ਨਹੀਂ ਕਿਸੇ ਦੀ ਗੱਲ ਮੰਨਣੀ ਕਿਉਂ ਨਹੀਂ ਗਈ ਜਿਹਦਾ ਤਾਂ ਸਮਝਦੇ ਨਹੀਂ ਗਏ ਪਸ਼ੂ ਘਰ ਦੇ ਧੰਦਾ ਬਥੇਰਾ ਹੁੰਦਾਗਾ ਬੁੜੀਆਂ ਨੂੰ ਤਾਂ ਉਹੀ ਨਹੀਂ ਨਿਬੜਦੇ ਆ ਚੱਲ ਚੰਗਾ ਉਹਨੂੰ ਐ ਕਹਿ ਦੇ ਭਾਈ ਆਪਦੇ ਘਰੇ ਰਹਿ ਕਰ ਕਹਿ ਦੇ ਬੁਰਾ ਲੱਗਦਾ ਕਹਿ ਦੇ ਰੋਜ਼ ਰੋਜ਼ ਲੈ ਜਿੰਨਾ ਚਿਰ ਭਾਈ ਮਾਂ ਬੈਠੀਗੀ ਉਹਨਾਂ ਚਿਰ ਤਾਂ ਮੇਰੀ ਧੀ ਆਊਗੀ ਜਦੋਂ ਉਹੀ ਗੱਲ ਆ ਮੈਂ ਅੱਖਾਂ ਮੀਚ ਗਈ ਉਹਦਾ ਤੁਹਾਡੀ ਮਰਜ਼ੀ ਹੈਗੀ ਵਰਤ ਨਾ ਕਰਨਾ ਉਹਦੇ ਨਾਲ ਉਹ ਵਰਤੇ ਤਾਂ ਬੇਬੇ ਸਾਰੀ ਆ ਅਸੀਂ ਕਿਹੜਾ ਵਰਤਦੇ ਨਹੀਂ ਗੱਲ ਤਾਂ ਆਏ ਆ ਵੀ ਰੋਜ਼ ਬੁਰਾ ਹੁਣ ਰੋਜ਼ ਤੇਰੀ ਨੂੰ ਜਾਵੇ ਆਪਦੇ ਪੇਕੀ ਤੂੰ ਕਿਵੇਂ ਪੜਕਦੇ ਨੇ ਕਹਿ ਦੇਂਗੀ ਵੀ ਤੂੰ ਚੱਕ ਕੇ ਝੋੜਾ ਰੋਜ਼ ਤੁਰ ਜਾਨੀ ਆ ਉਹ ਤਾਂ ਆਪਣੇ ਪਸ਼ੂ ਪਸਾਰਾਂ ਦਾ ਕੰਮ ਹੈਗਾ ਤੇਰੇ ਸਾਹਮਣੇ ਦੋ ਤਾਂ ਹੁਣ ਸੁੱਕਣ ਆਪਣੇ ਗਾਂਗਾ ਸੁੰਗਾਗਾ ਤੇ ਇੱਕ ਮਾਇਸਾ ਤੋਕੜ ਜੀ ਆਪਣੇ ਧਾਰਾਂ ਦਾ ਨਹੀਂ ਲੋਟਾਉਂਦਾ ਉਹ ਫਿਰ ਉਹੀ ਗੱਲ ਮੈਂ ਕਹਿਣਾ ਵੀ ਉਹ ਦੋ ਪਸ਼ੂ ਲਿਆਉਣ ਚਲ ਆਪਦੇ ਕਿੱਤੇ ਲੱਗ ਜਾਣ ਕੋਈ ਹੁਣ ਆਪਣੇ ਪਸ਼ੂਆਂ ਪਸਾਰਾਂ ਦਾ ਕੰਮ ਆ ਮਨਦੀਪ ਤਾਂ ਨਹੀਂ ਜਾ ਸਕਦੀ ਗੀ ਤੇ ਉਹਦੇ ਪਸ਼ੂ ਪਸਾਰਾਂ ਨਹੀਂ ਚੱਲ ਜਦੋਂ ਮੇਰਾ ਮੂਡ ਜਾ ਖਰਾਬ ਹੋ ਜਾਂਦਾ ਮੈਂ ਸੱਦ ਲੈਣੀ ਆ ਉਹ ਚੱਲ ਲੋਕ ਤਾਂ ਆਖੀ ਜਾਣਗੇ ਲੋਕਾਂ ਮਗਰ ਨਹੀਂ ਲੱਗੀਦਾ ਹੁੰਦਾਗਾ ਆਪਦਾ ਕੰਮ ਕਰ ਤੂੰ ਤਾਂ ਕਿਸੇ ਦੀ ਗੱਲ ਨਾ ਮੰਨਣੀ ਨਹੀਂ ਹੁੰਦੀ ਜੇ ਤੈਨੂੰ ਕੋਈ ਚੱਜ
ਤੈਨੂੰ ਅਸੀਂ ਚੰਗਾ ਕਹਿੰਦੇ ਆ, ਨਾਲੇ ਮਗਰੋਂ ਤੂੰ ਆਪ ਹੀ ਦੇਖੀ ਆਪ ਹੀ ਆਖੇਂਗੀ। ਚੰਗਾ ਕਹਿੰਦੇ ਹੈਗੇ, ਆਹੋ ਅੱਜ ਵਾਕਦੀ ਆ ਜਾਂਦੀ ਹੈਗੀ ਕਿਤੇ ਮਿਲਣ ਨਾ, ਕੰਮਾਂ ਧੰਦੇ ਚ ਮਸਾ ਉਹ ਨਿਕਲ ਕੇ ਆਉਂਦੀ ਆ ਤੇ ਅੱਕੇ ਕੁੜੀ ਜੀ ਆ ਜਾਂਦੀ ਆ। ਕੁੜੀ ਜੀ ਦਾ ਕੀ ਸਵਾਲ ਹੋ ਗਿਆ, ਆਈ ਨੀ ਆਂਦਾ ਵੀ ਬਿੰਦਰ ਆਈ ਸੀਗੀ ਭਾਈ, ਇਹ ਵੀ ਮੁੰਡੇ ਵਾਲਾ ਸਿਰੇ ਹੀ ਪਿਆਗਾ। ਸੰਦੀਪ ਸ਼ੋਲੂਆ ਕੱਢਣ ਪੈ ਗਈ। ਹਾਂ ਬੇਬੇ ਸ਼ੋਲੂਆ ਕੱਢੀ ਜਾਂਦੀ ਆ। ਆ ਤੂੰ ਕਿਵੇਂ ਚੱਲ ਲਫਾਫਾ ਜਿਹਾ ਚੱਕੀ ਫਿਰਦੀ ਆ ਹੱਥ ਚ? ਲਫਾਫਾ ਜਿਹਾ ਮੈਂ ਪੈਨਸ਼ਨ ਦਾ ਪਤਾ ਲੈ ਕੇ ਆਉਂਦੀ ਸੀਗੀ। ਪੈਨਸ਼ਨ ਦਾ ਪਤਾ? ਅੱਜ ਤਾਂ ਹਲੇ 3 ਤਰੀਕ ਹੋਈ ਆ, ਪੈਨਸ਼ਨ ਕਿੱਥੋਂ ਆ ਗਈ? ਕੱਲ ਤਾਂ ਆ ਕੇ ਹਟੀ ਆ ਹਲੇ। ਅੱਜ ਕਿ ਨਰਨਦੀਪ ਤੇਰੀ ਤਾਈ ਕਹਿੰਦੀ ਸੀਗੀ ਵੀ ਆਹ ਨਾ ਵੋਟਾਂ ਦਾ ਕਰਕੇ ਤੇ ਪਹਿਲਾਂ ਹੀ ਪਾ ਦਿੱਤੀਆਂ ਚੜ੍ਹਦੇ ਮਹੀਨੇ ਪੈਨਸ਼ਨਾਂ। ਮੈਨੂੰ ਤਾਂ ਲੱਗਦਾ ਨੀ ਵੀ ਐਤਕੀ ਸਰਕਾਰ ਨੇ ਪਹਿਲੀ ਪੈਨਸ਼ਨ ਪਾਤੀ ਹੋਊਗੀ, ਜੇ ਪਕਾਈ ਕਰਕੇ ਆਉਣੀ ਆ ਤਾਂ ਕਰਿਆ। ਕੋਈ ਨੀ ਪੁੱਤ ਤੂੰ ਕਰ ਲੈ ਕੰਮ ਧੰਦਾ, ਜਿਹੜਾ ਕੋਈ ਹੈਗਾ ਤੇ ਮੈਂ ਜਾਂਦੀ ਹਾਂ ਪਤਾ ਲੈ ਕੇ ਆਉਣੀ ਹੈਗੀ। ਜਲਿਆ ਨਾਲੇ ਚਾਹ ਵੇਲੇ ਨੂੰ ਮੁੜਿਆ 2:30 ਵਜੇ ਨੂੰ। ਕੋਈ ਨੀ ਮੁੜਿਆ ਆਉਂਗੀ। ਆਹੋ ਪਾਲੀ ਵੀ ਘਰੇ ਨੀ ਹੈਗਾ। ਲੈ ਆ ਮੈਨੂੰ ਬੇਬੇ ਦੀ ਸਮਝ ਨੀ ਆਉਂਦੀ ਹੈਗੀ ਵੀ ਕਿਹੜੇ ਚੱਕਰ ਚ ਗਈ ਆ ਇਹ ਮੰਡੀ। ਆ ਪੈਨਸ਼ਨਾਂ ਪੁਨਸ਼ਨਾਂ ਕਿੱਥੇ ਆ ਗਈਆਂ? ਅੱਗੇ ਤਾਂ ਕਦੇ 20 ਤਰੀਕ ਤੋਂ ਘੱਟ ਆਈਆਂ ਨੀ, ਐਤਕੀ ਕਿਵੇਂ ਆ ਗਈਆਂ ਹੋਣਗੀਆਂ 3 ਤਰੀਕ ਨੂੰ? ਇਹ ਤਾਂ ਲੱਗਦਾ ਕੋਈ ਹੋਰ ਚੱਕਰ ਹੈ। ਬੇਬੇ ਨੇ ਯਾਰ ਕੀ ਕਰਨੇ ਸੀਗੇ ਪੈਸੇ ਯਾਰ? ਨਾ ਬੇਬੇ ਨੇ ਘਰੇ ਦੱਸਿਆ ਯਾਰ, ਚੱਕਰ ਕੀ ਗੱਲ ਯਾਰ? ਜੇ ਲੋੜ ਸੀ ਬੇਬੇ ਨੇ ਮੈਥੋਂ ਮੰਗ ਲੈਂਦੀ ਯਾਰ ਪੈਸੇ। ਕੱਢ ਲੈ ਛੋੜੂਆ। ਹਾਂ ਕੱਢੀ ਜਾਂਦੇ ਆਂਗੇ। ਓਏ ਆ ਫੜ ਯਾਰ, ਮੈਨੂੰ ਤਾਂ ਹੋਰ ਹੀ ਪੰਗਾ ਪੈ ਗਿਆ ਯਾਰ। ਕਿਉਂ ਕੀ ਪੰਗਾ ਪੈ ਗਿਆ? ਉਹ ਪੈਸੇ ਲੈਣ ਗਿਆ ਸੀ ਡੈਰੀ ਵਾਲੇ ਕੋਲੇ। ਅੱਛਾ ਫੇਰ ਉਹ ਮੈਂ ਜਦੋਂ ਆਖਿਆ ਮਹਾ ਬਾਈ ਪੈਸੇ ਦੇ ਦੇ ਸਾਨੂੰ ਲੋੜ ਆ ਗਈ, ਮਹਾ ਨਾਲੇ ਦਸੀ ਪੂਰੀ ਹੋ ਗਈ। ਹਾਂ ਕਹਿੰਦਾ ਬਾਈ ਪੈਸੇ ਤਾਂ ਤੇਰੀ ਬੇਬੇ ਲੈ ਗਈ ਪਹਿਲੀ ਫੜ ਕੇ। ਅੱਛਾ ਬੇਬੇ ਫੜ ਲਈ ਤੇ ਹੋਰ? ਮੈਂ ਤਾਂ ਸਮਾਂ ਦੀ ਹੁਣ ਕਣਕ ਵੱਢਣੀ ਸੀਗੀ, ਤੇਲ ਚਾਹੀਦਾ ਸੀ ਟਰਾਲੀਆਂ ਚ ਪਾਉਣਾ ਟਰੈਕਟਰਾਂ ਚ। ਅੱਛਾ ਉਹ ਤਾਂ ਫਿਰ ਮੰਡੀ ਬਾਗੀ ਭਾਈ ਗੀਜੇ ਚ ਪਾ ਕੇ ਪੈਸੇ। ਮੰਡੀ ਕੀ ਲੈਣ ਵਾਗੀ? ਮੈਨੂੰ ਤਾਂ ਕੀ ਪਤਾ, ਮੈਨੂੰ ਤਾਂ ਐਂ ਬਹਾਨਾ ਮਾਰ ਕੇ ਗਈ ਹੈਗੀ। ਮੈਨੂੰ ਵੀ ਉਹ ਛੱਕ ਜਾ ਤਾਂ ਲੱਗਿਆ, ਮੈਂ ਕਿਹਾ ਚੱਕਰ ਤਾਂ ਕੋਈ ਹੋਰ ਹੀ ਲੱਗਦਾਗਾ। ਆ ਪਰ ਹੁਣ ਯਕੀਨ ਹੀ ਹੋ ਗਿਆ ਜੋ ਤੂੰ ਆ ਕੇ ਦੱਸਤਾ ਨਾ। ਤਾਂ ਵੀ ਹੁਣ ਕੀ ਕਹਿੰਦੀ ਸੀ ਤੈਨੂੰ? ਮੈਨੂੰ ਕਹਿੰਦੀ ਆ ਕਿ ਮੈਂ ਤਾਂ ਪੈਨਸ਼ਨ ਲੈਣ ਜਾਂਦੀ ਆ ਕਿ ਪੈਨਸ਼ਨ ਆਈ ਪਈ ਆ। ਅੱਛਾ ਹਾਂ, ਮੈਂ ਆਖਿਆ ਅੱਜ 3 ਤਰੀਕ ਨੂੰ ਕਿਹੜੀ ਪੈਨਸ਼ਨ ਆ ਗਈ, ਅੱਗੇ ਤਾਂ 20 ਤਰੀਕ ਨੂੰ ਆਉਂਦੀਆਂ ਸੀ। ਹਾਂ ਫਿਰ ਉਹ ਤਾਂ ਬਾਗੀ, ਕੀ ਪਤਾ ਹੁਣ ਕੀ ਲੈਣ ਗਈ ਆ। ਦੱਸ ਕੇ ਨਹੀਂ ਗਈ ਤੈਨੂੰ? ਮੈਨੂੰ ਤਾਂ ਬਸ ਐਂ ਕਹਿ ਕੇ ਗਈ ਆ, ਮੈਨੂੰ ਹੋਰ ਕਿਹੜਾ, ਉਹ ਅੱਗੇ ਕਿਹੜਾ ਅੰਗੂਠਾ ਲਵਾ ਕੇ ਜਾਂਦੀ ਆ ਮੈਥੋਂ। ਅੱਛਾ ਯਾਰ, ਹਾਂ ਐਂ ਭਾਣਾ ਦੀ ਕਿਵੇਂ ਚਾ ਕੰਮ ਚੱਲੂਗਾ? ਲੈ ਚੋਰੂਆਂ ਪੈਸੇ ਫੜ ਲਈ ਉੱਥੋਂ ਯਾਰ। ਨਾਲੇ ਅੱਗੇ ਤਾਂ ਬਿਨ ਦੱਸੇ ਵਗ ਜਾਂਦੀ ਸੀ, ਅੱਜ ਪਤਾ ਨਹੀਂ ਕੀ ਮਨ ਜੇ ਚਾਇਆ ਅੱਜ ਦੱਸ ਕੇ ਗਈ ਹੈਗੀ। ਚੱਲ ਚੱਲ ਐਂ ਕਰ ਫਿਰ ਨਾ, ਫਿਰ ਸਾਰੀ ਫੜ ਲਈ ਦਸੀ ਦੇ। ਦਸੀ ਦੇ ਕੀ? 2000 ਵੱਧ ਲਿਆ ਈ ਹੋਏ ਹੋਰ ਨਾ। ਫਿਰ ਹੁਣ ਆਪਾਂ ਕੀ ਕਰੀਏ ਫਿਰ? ਇਹ ਤਾਂ ਮਾੜੀ ਗੱਲ ਆ ਭਾਈ ਉਹਦੀ। ਉਹੀ ਤਾਂ ਗੱਲ ਆ, ਮੈਨੂੰ ਤਾਂ ਐ ਸੀ ਮੈਂ ਖਾਲਾ 5000 ਰੁਪਇਆ ਡੈਰੀ ਵਾਲੇ ਤੋਂ ਲੈਣਾ ਗਾ, ਵਧੀਆ ਸਾਰਾ ਸਰ ਜੂਗਾ, ਨਾਲੇ ਤਾਂ ਤੇਲ ਤੂਲ ਪੈ ਜੂ ਟਰੈਕਟਰਾਂ 'ਚ, ਨਾਲੇ ਭਾਈ ਜਿਹੜਾ ਕੋਈ ਹੋਰ ਲੋਡ ਪਊਗੀ ਚਲ ਉਹ ਸਰ ਜੂਗਾ। ਹੋਰ ਫਿਰ ਆਪਾਂ ਆਪਦੇ ਫਾਇਦੇ ਵਾਸਤੇ ਹੁਣ ਪਸੂ ਰੱਖੇ ਨੇ। ਹਾਂ ਸਾਂਭਦੇ ਆ ਸਾਰਾ ਦਿਨ ਵੀ ਚਲ ਭਾਈ 2 ਰੁਪਈਏ ਜੁੜ ਜਾਂਦੇ ਆ ਨਾਲ। ਹੁਣ ਫਿਰ ਮੈਨੂੰ ਤਾਂ ਕਿਸੇ ਪਾਸੇ ਹੋਰ ਹੱਲ ਕਰਨਾ ਪਊ, ਮੈਂ ਤਾਂ ਜਾ ਕੇ ਆਉਣਾ ਹੁਣ, ਜਾਂ ਤਾਂ ਆੜਤੀਆਂ ਕੋਲੇ ਜਾਣਾ ਜਾਂ ਕਿਸੇ ਤੋਂ ਹੋਰ ਫੜ ਕੇ ਲਿਆਉਣਾ ਪੈਸੇ। ਮੈਂ ਤਾਂ ਐਂ ਕਹਿੰਦੀ ਆ ਤੂੰ ਕਿਤੇ ਨਾ ਜਾ, ਅੱਜ ਉਹਨੂੰ ਆਉਣ ਦੇ ਘਰੇ, ਪੁੱਛਾਂਗੇ ਤਾਂ ਸਹੀ ਫਿਰ। ਉਹ ਫਿਰ ਪੁੱਛਾਂਗੇ ਤਾਂ ਮੈਂ ਤੇਰੀ ਗੱਲ ਮੰਨਦਾ ਵੀ ਸਹੀ ਹੈ, ਪਰ ਹੁਣ ਪੈਸਿਆਂ ਦਾ ਹੱਲ ਤਾਂ ਫਿਰ ਕਰਨਾ ਪਊ, ਮੈਂ ਤੇਲ ਕਿੱਥੋਂ ਪਾਉ ਲਿਆ ਕੇ? ਬੇਬੇ ਨੇ ਜੇ ਜਵਾਬ ਦਿੱਤਾ ਵੀ ਮੇਰੇ ਕੋਲ ਤਾਂ ਹੈ ਹੀ ਨਹੀਂ। ਲੈ ਉਹ ਤਾਂ ਫਿਰ ਆਈ ਵਾਰ ਐਂ ਕਰਦੀ ਆ, ਹੁਣ ਜਵਾਬ ਹੀ ਆ ਉਹਦੇ ਕੋਲੇ, ਹੋਰ ਕਿਹੜਾ ਕੋਈ ਉਹ ਕਮਾਈ ਕਰਦੀ ਹੈਗੀ। ਹਾਂ ਚੱਲ ਤੂੰ ਐਂ ਕਰ, ਆ ਕੱਢ ਲਾ ਦਾ ਛੋੜੂਆ ਤੇ ਮੈਂ ਜਾਣਾਗਾ, ਮੈਂ 5-10 ਹਜ਼ਾਰ ਰੁਪਏ ਦਾ ਹੱਲ ਕਰਕੇ ਲਿਆਉਣਾ, ਮੈਨੂੰ ਤਾਂ ਸਰਨਾ ਨਹੀਂ। 5-10 ਹਜ਼ਾਰ ਰੁਪਇਆ ਫਿਰ ਤੂੰ ਹੁਣ ਅੱਜ ਫੜੇਗਾ, ਦੁੱਧ ਵਾਲੇ ਤਾਂ ਗਏ। ਮੈਂ ਤਾਂ ਇਹ ਕਹਿੰਦੀ ਹੈਗੀ ਫਿਰ ਤੂੰ 20 ਹਜ਼ਾਰ ਰੁਪਏ ਪੁੱਛ ਲਈ, ਨਾਲੇ ਘਰੇ ਵੀ ਸਾਰਾ ਸਮਾਨ ਮੁੱਕਿਆ ਪਿਆ, ਆ ਮੈਂ ਤਾਂ ਦੁੱਧ ਤੇ ਆਸ ਲਾਈ ਹੋਈ ਸੀ, ਮੈਂ ਕਿਹਾ ਚੱਲ ਆਉਣਗੇ। ਚੱਲ ਚੰਗਾ ਫਿਰ ਮੈਂ ਉੱਥੋਂ ਹੀ ਫੜ ਲਿਆ, ਹੁਣ ਆੜਤੀਆਂ ਤੋਂ ਹੀ ਫੜ ਲਿਆ ਜਵਾਬ ਜਾ। ਹਾਂ ਚੱਲ ਠੀਕ ਆ, ਮੈਂ ਤਾਂ ਜਾਣਾ, ਤੂੰ ਆ ਪਸੂ ਨੂੰ ਦੇਖ ਲਈ ਨੀਰਾ ਚਾਰਾ। ਚੰਗਾ ਚੱਲ ਠੀਕ ਆ, ਦੇਖ ਲੂੰਗੀ। ਚੰਗਾ ਇਹ ਬੁੜੀ ਵਾਲਾ ਵੀ ਸਰੇ ਹੀ ਪਿਆਗਾ, ਅੱਗੇ ਤਾਂ ਲੋਕਾਂ ਦੀਆਂ ਗੱਲਾਂ ਕਰਦੇ ਸੀ, ਹੁਣ ਆਪਦੇ ਘਰੀ ਹੋਈ ਜਾਂਦਾ ਸਾਰਾ ਕੁਛ। ਲੈ ਚੱਲ ਆ ਤਾਂ ਪਸ਼ੂਆਂ ਨੂੰ ਸੁੱਟ ਦੇਣੇ, ਉਧਰ ਨੀਰੇ ਚ ਕੁਤਰੇ ਜਾਣਗੇ। ਚੱਲ ਇੰਨੇ ਕੁ ਬਥੇਰੇ ਆ, 4 ਆਲੂ ਪਾ ਲਾਂਗੇ, ਆ ਕੱਲ ਨੂੰ ਬਣਾ ਲਾਂਗੇ। ਲਗੀਦਾ ਤਾਂ ਹੈ ਨਹੀਂ ਕੋਈ ਘਰੇ, ਮੰਜਾ ਵੀ ਆੜਾ ਹੈ ਤੇ ਛੋੜਦਾ ਵੀ ਕੱਢਿਆ, ਚੱਲ ਗਾਹਾਂ ਜਾ ਕੇ ਦੇਣੀ ਹੈ, ਗਾਹਾਂ ਹੀ ਹੋਣਗੇ। ਲੈ ਚੱਲ ਆ ਤਾਂ ਧਰਤਾ ਮੈਂ ਛੋੜੀ ਨੂੰ, ਭੈਣ ਆਉਂਦੀ ਆ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਆ ਜਾਓ ਅੰਦਰ ਹੀ ਆ ਜਾਓ। ਬੇਬੇ ਬੇਬੇ ਤਾਂ ਮੰਡੀ ਗਈ ਹੋਈ ਆ, ਆ ਜਾ ਆ ਜਾ ਭੈਣੇ ਬਹਿ ਜਾ। ਹੋਰ ਬੱਚੇ ਘਰੇ ਠੀਕ ਸੀ ਭੈਣੇ? ਸਾਰੇ ਵਧੀਆ ਠੀਕ ਠਾਕ। ਤੇ ਬਾਈ? ਵਧੀਆ ਵਧੀਆ, ਤੂੰ ਦੱਸ? ਵਧੀਆ। ਮੇਰੇ ਰਿਜ਼ਲਟ ਵਧ ਗਿਆ ਹੈਗਾ ਜਵਾਕਾਂ? ਹਾਂ ਵਧੀਆ ਆ ਗਿਆ ਭੈਣੇ ਰਿਜ਼ਲਟ ਤਾਂ, ਉਹ ਤਾਂ ਹੁਣ ਨਾਨਕੀ ਗਏ ਹੋਏ ਨੇਗੇ। ਅੱਛਾ ਹਜੇ ਗਾਹਾਂ ਲਾਏ ਨਹੀਂ ਪੜਨ? ਨਾ ਲਾਏ ਨੀਗੇ ਹਲੇ, ਤੇਰੇ ਬਾਈ ਕਹਿੰਦਾ ਵਿਸਾਖੀ ਤੋਂ ਬਾਅਦ ਹੀ ਜਾਣਗੇ ਵੀ। ਹਾਂ ਤੇ ਮੈਂ ਇੱਕ ਐਂ ਕਹਿੰਦੀ ਸੀ ਆ ਸੂਟ ਬੜਾ ਸੋਹਣਾ ਪਾਇਆ ਭੈਣੇ ਤੇਰੇ, ਇਹ ਬੇਬੇ ਨੇ ਦਿੱਤਾ ਸੀ ਮੈਨੂੰ। ਅੱਛਾ ਮੈਂ ਵੀ ਕਹੀ ਜਾਂਦੀ ਹਾਂ ਵੀ ਮੈਨੂੰ ਦੇਖਿਆ ਦੇਖਿਆ ਲੱਗਦਾ ਸੂਟ ਇਹ। ਹਾਂ ਨਾ ਬੇਬੇ ਨੇ ਦਿੱਤਾ ਸੀ। ਅੱਛਾ ਇਹ ਉਹ ਸੂਟ ਨਹੀਂ ਭਲਾ ਵੀ ਜਿਹੜਾ
ਜਿਹੜਾ ਮਾਮੇ ਕਹਿੰਦੇ ਤਾਂ ਸੀ ਕਿਵੇਂ ਤੈਨੂੰ ਕੋਈ ਸ਼ੱਕ ਹੈ ਸ਼ੱਕ ਤਾਂ ਮੈਨੂੰ ਕੀ ਹੋਣਾ ਸੀ ਭੈਣੇ ਮੈਂ ਤਾਂ ਸਹਿਜ ਸਵਾਈ ਪੁੱਛ ਲਿਆ ਤੇ ਮੈਨੂੰ ਸੋਹਣਾ ਲੱਗਿਆ ਪਾਇਆ ਤੇਰੇ ਸੂਟ ਦਾ ਤਾਂ ਪੁੱਛ ਲਿਆ ਚਾਹ ਪਾਣੀ ਦਾ ਤਾਂ ਤੂੰ ਪੁੱਛਿਆ ਨਹੀਂ ਓਹੋ ਚਾਹ ਪਾਣੀ ਤਾਂ ਭੈਣੇ ਤੈਨੂੰ ਰੋਜ਼ ਹੀ ਪੁੱਛਦੇ ਆ ਅੱਜ ਕਿਹੜਾ ਤੂੰ ਨਵੀਂ ਆਈ ਹੈਗੀ ਨਵੀਂ ਨਹੀਂ ਫੇਰ ਵੀ ਐਂ ਹੋ ਜਾਂਦਾ ਵੀ ਬੰਦਾ ਆਇਆ ਰਿਸ਼ਤੇਦਾਰ ਕੋਈ ਚਾਹ ਪਾਣੀ ਤਾਂ ਪਹਿਲਾਂ ਲਿਆਉਣਾ ਹੀ ਪੈਂਦਾ ਨਾ ਲਿਆਉਣੀ ਆ ਮੈਂ ਪਾਣੀ ਵੀ ਲਿਆਉਣੀ ਆ ਤੇ ਚਾਹ ਵੀ ਬਣਾ ਕੇ ਲਿਆਉਂਗੀ ਆ ਲੋ ਪਾਣੀ ਫੇਰ ਬੇਬੇ ਕਦੋਂ ਕਦੀ ਗਈ ਬੇਬੇ ਤਾਂ ਭੈਣੇ ਆਉਣ ਵਾਲੀ ਆ 2:30 ਵੱਜ ਗਏ ਬਸ ਅੱਛਾ ਹਾਂ ਉਹ ਤਾਂ 10 ਕੁ ਵਜੇ ਦੀ ਗਈ ਆ ਤੇ ਫੇਰ ਬਾਹਰ ਟਾਈਮ ਲਾਤਾ ਪਤਾ ਨਹੀਂ 10 ਕੀ ਨਹੀਂ ਗਈ ਵੀ ਮੈਂ ਕੀ ਕੰਮ ਜਾਨੀ ਹਾਂ ਉਹ ਐਂ ਜੇ ਕਹਿ ਗਈ ਬਸ ਕਿ ਮੈਂ ਪੈਨਸ਼ਨ ਦਾ ਪਤਾ ਲੈਣ ਜਾਨੀ ਹਾਂ ਅੱਛਾ ਹਾਂ ਤੁਹਾਨੂੰ ਨਹੀਂ ਫੋਨ ਤੇ ਦੱਸਿਆ ਨਾ ਨਾ ਮੇਰੇ ਨਾਲ ਤਾਂ ਹੋਈ ਨਹੀਂ ਗੱਲ ਅੱਛਾ ਚਲ ਫਿਰ ਫੋਨ ਤੁਸੀਂ ਆ ਹੀ ਜਾਂਦੇ ਹੁੰਦੇ ਹੋ ਨਾ ਹਾਂ ਮੇਰੇ ਨਾਲ ਹੀ ਗੇੜਾ ਹੀ ਛੇਤੀ ਵੱਜ ਜਾਂਦਾ ਹੋਰ ਫਿਰ ਆਈ ਗੇੜਾ ਤਾਂ ਮਾਰਨੇ ਪੈਂਦਾ ਉਹਦੀ ਮਾਂ ਦਾ ਕਰਕੇ ਹਾਂ ਐਂ ਤਾਂ ਹੈਗਾ ਤੇ ਚਲ ਆਉਂਦੀ ਵੀ ਹੋਣੀ ਬੇਬੇ ਮੈਂ ਚਾਹ ਧਰ ਲਾਂ ਧਰ ਲਾ ਮਾੜੇ ਮਾੜੇ ਨੇ 2:30 ਵੱਜ ਗਏ ਉਹ ਬਸ ਤਾਂ ਲੰਘ ਹੀ ਗਈ ਜਿਹੜੀ ਦੋ ਵਾਲੀ ਆਉਂਦੀ ਹੁੰਦੀ ਆ ਮੈਂ ਕਿਹਾ ਚਲ ਦੋ ਵਾਲੀ ਤੇ ਚੜ ਜੂੰਗੀ ਮੈਂ ਗਾ ਹਾਂ ਆ ਗਈ ਰਿੰਦੀ ਪਾ ਅੱਛਾ ਇਹ ਸਿੱਧੀ ਪੱਤੀ ਕਿ ਲੈਣੀ ਆ ਗਰਮੀ ਵਾਲੀ ਹੈਗੀ ਅੰਦੀਪਾ ਹਾਂ ਬੇਬੇ ਆਈ ਨਹੀਂ ਭੈਣ ਇੱਥੇ ਨਾ ਕਿ ਤੂੰ ਤਾਂ ਨਹੀਂ ਕਹਿੰਦਾ ਵੀ ਆਈ ਆ ਨਾ ਆ ਰਹੀ ਆ ਭੈਣੇ ਚਾਹ ਪੀ ਲਾ ਕੇ ਆਉਂਦੀ ਹੈਗੀ ਉਹ ਦੂਜੇ ਕਮਰੇ ਚ ਬਹਿ ਗਈ ਸੀ ਅੱਛਾ ਬਿੰਦਰ ਆਈ ਸੀਗੀ ਹੋਰ ਪੁੱਤ ਠੀਕ ਆ ਵੀ ਠੀਕ ਹੈ ਬੇਬੇ ਤੂੰ ਠੀਕ ਹੈ ਹਾਂ ਪੁੱਤ ਠੀਕ ਆ ਵਧੀਆ ਹੋਰ ਜਵਾਕ ਜੰਦਾ ਸਾਰਾ ਠੀਕ ਹੈਗਾ ਸਾਰੇ ਵਧੀਆ ਇੱਧਰ ਆ ਜਾ ਬਾਜੀ ਚ ਤੂੰ ਮੰਡੀ ਵਾਗੀ ਸੀ ਹੋਰ ਮੈਂ ਮੰਡੀ ਵਾਗੀ ਸੀਗੀ ਅੱਛਾ ਤੇ ਹੋਰ ਠੀਕ ਠਾਕ ਆ ਸਾਰੇ ਹੈ ਸਾਰੇ ਵਧੀਆ ਚੱਲ ਤੇ ਆ ਗਈ ਸੀ ਪੈਨਸ਼ਨ ਬੇਬੇ ਪੈਨਸ਼ਨ ਤਾਂ ਆਈ ਨਹੀਂਗੀ ਤੇ ਫਿਰ ਆ ਕੱਪੜੇ ਜੀ ਕਿਹਦੇ ਲਈ ਆਉਣੀਆਂ ਲੋਅਰ ਸ਼ਰਟਾਂ ਦੀਆਂ ਇਹ ਵੀ ਲਈ ਸੀਗੀ ਕਿਹਦੇ ਤਾਂ ਵੀ ਕੋਈ ਨਹੀਂ ਤੈਨੂੰ ਦੱਸ ਦੂੰਗੀ ਵੀ ਕਿਹਦੇ ਆਗੇ ਲੈ ਫਿਰ ਮੈਨੂੰ ਦੱਸ ਹੀ ਦੇ ਹੁਣ ਭੈਣ ਵੀ ਕੋਲੇ ਬੈਠੀ ਹੈਗੀ ਇਹ ਤਾਂ ਇਹ ਬਿੰਦਰ ਦੇ ਜਵਾਖਾਂ ਦੇ ਲਿਆਈਆਂ ਲੈ ਦੱਸ ਹੀ ਦਿੰਨੀ ਆ ਤੈਨੂੰ ਕਿ ਰੋਜ਼ ਬਿੰਦਰ ਦੇ ਜਵਾਖਾਂ ਨੂੰ ਕੀ ਲੱਗਿਆ ਹੋਇਆ ਸਾਲ 6 ਮਹੀਨਿਆਂ ਤੋਂ ਦੇਤੇ ਨਾ ਤਾਂ ਵਾਡਾ ਹੀ ਧਰ ਰੱਖਿਆ ਕੋਈ ਨਹੀਂ ਕੁੜੇ ਹੁਣ ਸਿਆਲ 'ਚ ਬਣਾ ਕੇ ਦਿੱਤੇ ਸੀਗੇ ਇਹ ਗਰਮੀ ਵਾਲੇ ਆਗੇ ਸਿਆਲ 'ਚ ਬਣਾ ਕੇ ਦਿੱਤਾ ਸੀਗਾ ਮੇਰੀ ਗੱਲ ਸੁਣਾ ਆ ਨਾਲੇ ਉਹ ਤਾਂ ਤੇਲ ਮਣੀਓ ਜਪਕਦਾ ਫਿਰ ਦਾੜਤੀ ਇਹਦੇ ਗਿਆਗਾ ਮੈਨੂੰ ਦੱਸ ਕੇ ਸਾਰਾ ਕੁਝ ਤੇ ਮੌਜਾਂ ਨਾਲੋਂ ਦੋਜੀ ਦੇ 7000 ਰੁਪਇਆ ਫੜ ਲਈ ਇਹ ਮੇਰਾ ਘਰ 'ਚ ਹੈ ਹੀ ਨਹੀਂਗਾ ਕੁਛ ਫਿਰ ਤੇਰਾ ਘਰ 'ਚ ਬੇਬੇ ਰਾਰਾ ਸਿਰ ਦਾਗਾ ਰਾਰਾ ਸਿਰ ਦਾਗਾ ਹੁਣ ਸਾਹਮਣੇ ਆਉਂਦੀ ਤੈਨੂੰ ਕੋਈ ਕਹਿੰਦਾ ਨਹੀਂ ਵੀ ਨਿੱਤ ਪੇਕੇ ਤੇਰਾ ਕੀ ਤਰਿਆਗਾ ਯਾ ਮੈਂ ਮੇਰੀ ਮਾਂ ਦੀ ਮਾਰੀ ਆਉਣੀ ਹੈ ਕਿ ਮਾਂ ਤਾਂ ਸਭ ਦੀ ਹੈ ਮੇਰੀ ਕਿਹੜਾ ਮਾਂ ਨਹੀਂ ਹੈਗੀ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਕਦੇ 6 ਮਹੀਨੇ ਤੋਂ ਗੇੜਾ ਲਾਉਣੀ ਆ ਤੂੰ ਵਗ ਜਾ ਕਰ ਅਸੀਂ ਕਿਹੜਾ ਤੈਨੂੰ ਰੋਕ ਦਿੰਦੇ ਆ ਆਹੋ ਵਗ ਜਾ ਕਰਾਂ ਨਹੀਂ ਮੈਨੂੰ ਤੇਰੇ ਵਾਂਗੂ ਸੀਂਦਣੀਆਂ ਪੱਕੀਆਂ ਪਕਾਈਆਂ ਖਾਣ ਦਾ ਸਵਾਹ ਨਹੀਂ ਪਿਆ ਰੋਜ਼ ਤੂੰ ਤਾਂ ਰੋਜ਼ ਹੀ ਖਾਣ ਲਾ ਕੇ ਫਰਾਉਣੀ ਖਾਣ ਲਾ ਕੇ ਹੋਰ ਕੀ ਹਲੇ ਚੱਕ ਕੇ ਲੈ ਹੁਣ ਪਤਾ ਨਹੀਂ ਕਿੰਨੇ ਦੇ ਕੱਪੜੇ ਲਈ ਆ ਬੇਬੇ ਆਪਦੇ ਘਰ ਬੰਨਣ ਦੀ ਵੀ ਸੋਚ ਲਾ ਪੁੱਤ ਬਾਰੇ ਕੱਲੀ ਧੀ ਬਾਰੇ ਨਹੀਂ ਸੋਚੀਦਾ ਹੁੰਦਾ ਲੈ ਤੇ ਘਰ ਬੰਨਿਆ ਹੀ ਹੈਗਾ ਘਰ ਕਾ ਤਾਂ ਨਹੀਂ ਬੰਨਿਆਗਾ ਸਾਰਾ ਕੁਝ ਮੈਂ ਹੀ ਬਣਾਇਆਗਾ ਮੈਂ ਤਾਂ ਹੁਣ ਦਾਤੀ ਪਾ ਰੱਖੀ ਆ ਘਰ 'ਚ ਹੋਰ ਪਾ ਰੱਖੀ ਹੈਗੀ ਦਾਤੀ ਤੂੰ ਜਿਹਦਾ ਲਿਆਉਣੀ ਹੁੰਦੀ ਤੂੰ ਦੁਕਾਨ ਹੁੰਦੀ ਪੰਡਾ ਦੀਆਂ ਪੰਡਾ ਮੈਂ ਤਾਂ ਕਦੇ ਜਾਨੀ ਆ ਸਾਲ 6 ਮਹੀਨੇ ਤੋਂ ਇੱਕ ਸੂਟ ਲਿਆਉਣੀ ਆ ਆ ਤੇਰੇ ਵਾਂਗੂ ਤਾਂ ਨਹੀਂ ਵੀ ਤੀਜੇ ਦਿਨ ਧੀ ਨੂੰ ਸੱਦੀ ਰੱਖ ਨਾਲੇ ਹੁਣ ਇਹਦੇ ਕਿੰਨੀ ਉਮਰ ਹੋ ਗਈ ਮੈਂ ਤੈਨੂੰ ਕਹਿੰਦੀ ਨਾ ਵੱਧ ਘੱਟ ਨਾ ਬੋਲ ਮੇਰੇ ਦੋਤੇ ਦੋਤੀਆਂ ਦੇ ਲੀੜੇ ਪਿੱਛੇ ਮੈਂ ਤੈਨੂੰ ਦੱਸਦੀ ਕਿਹੜਾ ਗੱਲ ਦੋਤੇ ਦੋਤੀਆਂ ਦੇ ਲੀੜੇ ਪਿੱਛੇ ਆਹੋ ਸਾਖੋ ਨਹੀਂ ਆਏ ਜਰਿਆ ਜਾਂਦਾ ਹੈਗਾ ਜਰਾ ਕਤਨ ਨਹੀਂ ਜਾਂਦਾ ਮੈਂ ਕਿਹੜਾ ਤੁਹਾਡੀ ਕਮਾਈ ਦੀਆਂ ਲਿਆਉਣੀ ਹੈਗੀ ਕਮਾਈ ਦੀਆਂ ਹੁਣ ਇਹ ਤਾਂ ਉਰੋ ਤਾਂ ਹੈ ਇਹਨਾਂ ਦਾ ਘਰ ਵੱਜੀ ਜਾਂਦਾ ਇਹਨੂੰ ਨਾ ਕੋਈ ਗਾਹਾਂ ਰੋਕਦਾ ਸਹੁਰਿਆਂ 'ਚੋਂ ਰੋਕਣ ਵੀ ਕਿਉਂ ਕਿਉਂਕਿ ਅਗਲੇ ਨੂੰ ਸੀਂਦ ਦਾ ਖਾਣ ਨੂੰ ਮਿਲਦਾ ਆਪਦੇ ਪੈਸੇ ਜੋੜੀ ਜਾਂਦੇ ਨੇ ਤੇ ਇੱਥੇ ਸਾਡਾ ਘਰ ਖਾਈ ਜਾਂਦੇ ਨੇ ਹੋਰ ਕੀ ਹੈਗਾ ਤੇਰਾ ਘਰ ਖਾਈ ਜਾਂਦੇ ਗਾਹਾਂ ਤੂੰ ਆ ਗਈ ਘਰ ਖਵਾਉਣ ਵਾਲੀ ਖਵਾਉਣ ਵਾਲੀ ਨਹੀਂ ਬਣੇ ਰਾਰਾ ਸਿਰ ਦਾ ਹੁੰਦਾ ਪੇਕੇ ਆਏ ਨਹੀਂ ਵੀ ਨਿੱਤੀ ਪੇਕਿਆਂ ਨੂੰ ਤਰਪਾ ਲੈਵਾਂ ਇਹ ਤਾਂ ਤੇਰੇ ਬੈਠੀ ਤੋਂ ਹੀ ਮੈਨੂੰ ਆਇਆ ਨਹੀਂ ਨਹੀਂ ਬੇਟਾ ਇੱਕ ਮਿੰਟ ਹੋਰ ਆ ਹੁਣ ਤੂੰ ਘਰੇ ਖਾਣੀ ਪੀਣੀ ਸਾਥੂਆਂ ਸਾਂਭਦੇ ਆ ਸੀਆਂ ਤੈਨੂੰ ਸਾਰਾ ਕੁਝ ਦਿੰਨੇ ਆ ਬਣਿਆ ਬਣਾਇਆ ਚੀਜ਼ਾਂ ਤੇ ਆ ਸੂਟ ਚੱਕ ਕੇ ਭੈਣ ਨੂੰ ਫੜਾਤਾ ਤੇ ਮੇਰੇ ਕੋਲੇ ਤੂੰ ਝੂਠ ਬੋਲਦੀ ਸੀਗੀ ਤੇ ਭੈਣ ਨੂੰ ਦੇਣਾ ਨਹੀਂਗਾ ਕੀ ਗੱਲ ਨਾਲੇ ਫਿਰ ਅੱਜ ਲਿਆ ਕੇ ਦੇ ਤੇ ਫਿਰ ਰੋਜ਼ ਰੋਜ਼ ਕੀ ਹੱਕਾ ਭਈ ਸਾਥੋਂ ਨਹੀਂ ਫੁਗਦੇ ਰੋਜ਼ ਰੋਜ਼ ਮੈਂ ਤੈਨੂੰ ਨਹੀਂ ਪਸਾ ਕਹਿੰਨੀ ਹੈਗੀ ਵੀ ਜਿਹੜੇ ਇਹ ਗਰਮੀ ਵਾਲਾ ਛੂਟ ਆ ਗਿਆ ਇਹ ਤੇਰੇ ਪਾਉਣ ਵਾਲਾ ਹੈ ਹੀ ਨਹੀਂ ਸੀ ਤੂੰ ਸਾਰਾ ਦਿਨ ਕੰਮ ਤੇ ਨਜ਼ਰ ਰਹੀ ਆ ਆਉਣ ਵਾਲਾ ਹੀ ਆ ਜਸਪਾਲ ਉਹ ਵੀ ਤੇਰੇ ਮਾਂਗਰ ਦੇ ਚੜਿਆ ਹੋਇਆ ਅੱਜ ਫੈਸਲਾ ਹੋ ਹੀ ਜਾਊਗਾ ਆਪਣੇ ਘਰ ਦਾ ਫੈਸਲਾ ਕੀ ਕਰੇਂਗੀ ਤੂੰ ਹਾਂ ਤੂੰ ਜਾ ਦੇ ਸਿਰੇ ਸਿਰੇ ਚੜੀ ਜਾਨੀ ਹੈਗੀ ਚੜਨ ਵਾਲੀ ਗੱਲ ਕੀ ਹੈਗੀ ਇਹ ਫਿਰ ਸੱਸਰੇ ਚੜੀ ਜਾਨੀ ਨਾਲੇ ਨਾ ਕਹਿੰਦੀ ਹੈ ਕਿ ਮੈਂ ਸਾਂਭਦੀ ਤੇ ਜਾਇਦਾਦ ਵੀ ਬੇਬੇ ਦੀ ਹੈ ਘਰ ਬਾਰ ਵੀ ਬੇਬੇ ਦਾ ਹੀ ਹੈ ਸਭ ਤੈਨੂੰ ਉੱਥੇ ਪਾੜ ਕੇ ਦਿੱਤਾ ਤੂੰ ਆ ਕੇ ਸੱਸ ਸਹੁਰੇ ਨੂੰ ਸਾਂਭ ਆਪਦਾ ਘਰ ਦੇਖ ਤੂੰ ਸਾਡਾ ਘਰ ਕਿਉਂ ਖਰਾਬ ਕਰੀ ਤੂੰ ਮੇਰੀ ਧੀ ਨਾਲ ਜ਼ਬਾਨ ਬਾਲੀ ਨਾਲ ਲੜਾ ਤੂੰ ਮੇਰੇ ਨਾਲ ਗੱਲ ਕਰ ਬੇਬੇ ਧੀ ਹੋਊਗੀ ਤੇਰੀ ਹੋਊਗੀ ਉਹ ਵੀ ਰਾਹ ਰਾਹ ਸਰਦੀ ਆ ਪਰ ਜਦੋਂ ਆ ਕੇ ਦੂਜਿਆਂ ਦਾ ਘਰ ਖਰਾਬ ਕਰੇ ਨਾ ਨਾਲੇ ਫਿਰ ਉਹ ਰਿਸ਼ਤੇ ਰਿਸ਼ਤੇ ਨਹੀਂ ਰਹਿੰਦੇ ਰਿਸ਼ਤਿਆਂ ਦੀ ਕਦਰ ਵੀ ਸਾਲ 6 ਮਹੀਨਿਆਂ ਤੋਂ ਹੀ ਹੁੰਦੀ ਆ ਆਏ ਨਹੀਂ ਵੀ ਜਿਹੜਾ ਨਿੱਤ ਦਾ ਆਵੇ ਉਹਦੀ ਤਾਂ ਫਿਰ ਬੇਕਦਰ ਹੀ ਹੁੰਦੀ ਆ
ਠੀਕ ਆ ਪੁੱਤ ਵਧਗਾ ਆ ਦੇਖ ਲੋ ਬੇਬੇ ਦਾ ਫੜ ਕੇ ਦੋਜੀ ਦੇ ਉਹਦੇ ਕੱਪੜੇ ਆ ਜਿਹੜੇ ਦੋ ਸੂਟ ਮਾਮੇ ਕਿਆਂ ਨੇ ਦਿੱਤੇ ਸੀ ਇਹ ਵੀ ਭੈਣ ਨੂੰ ਫੜਾ ਤੇ ਚੱਕ ਕੇ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਜੇ ਭੈਣ ਨੂੰ ਦਿੱਤੇ ਭੈਣ ਵੀ ਐਸੇ ਘਰ ਚੀ ਹੈਗੀ ਧੀ ਹੈਗੀ ਉਹ ਚੱਲ ਬੇਬੇ ਤੂੰ ਸਾਰੀਆਂ ਗੱਲਾਂ ਛੱਡ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਵੀ ਤੂੰ ਬਿਨਾਂ ਦੱਸੇ ਤੋਂ ਦੋਧੀ ਤਾਂ ਪੈਸੇ ਕਫੜ ਕੇ ਲਈ ਐ ਅੱਛਾ ਸਾਨੂੰ ਪੁੱਛ ਕੇ ਕਰਿਆ ਕਰਾਂ ਜਿਹੜੀ ਗੱਲ ਕਰਿਆ ਕਰਾਂ ਮੈਂ ਉਹ ਪੁੱਛ ਕੇ ਨਹੀਂ ਬੇਬੇ ਤੂੰ ਮੈਨੂੰ ਦੱਸਤਾ ਦਿੰਦੀ ਵੀ ਭਾਈ ਮੈਂ ਉਹਦੋਂ ਪੈਸੇ ਫੜ ਲਏ ਉੱਥੇ ਜਾ ਕੇ ਮੈਂ ਪੈਸੇ ਮੰਗ ਲਏ ਉੱਥੇ 10 ਬੰਦੇ ਬੈਠੇ ਸੀਗੇ ਉਹਨਾਂ 'ਚ ਮੇਰੀ ਬੇਇੱਜ਼ਤੀ ਹੋ ਗਈ ਚੱਲ ਕੋਈ ਨਹੀਂ ਮੈਂ ਤਾਂ ਬੈਠੀ ਬੈਠੀ ਉੱਠ ਕੇ ਬਸ ਮੰਡੀ ਵਾਗ ਕੇ ਮੈਂ ਆਖਿਆ ਚੱਲ ਮੈਂ ਦੋਜੀ ਤੋਂ ਪੈਸੇ ਫੜ ਲੈਣੀ ਮੈਂ ਜੇ ਪਾਲੀ ਨੇ ਫੜ ਲਿਓ ਤੇ ਚੱਲ ਕੋਈ ਨਹੀਂ ਤੇ ਮੈਂ ਉਹ ਤਾਂ ਤੁਰੀ ਜਾਂਦੀ ਜੇ ਫੜ ਕੇ ਲੈ ਗਈ ਤੁਰੀ ਜਾਂਦੀ ਫੜ ਕੇ ਲੈ ਗਈ ਉਹ ਬੇਬੇ ਤੂੰ ਤਾਂ ਮੇਰੀ ਬੇਇੱਜ਼ਤੀ ਕਰਨ ਨਾਲੇ ਭੈਣੇ ਤੂੰ ਹੁਣ ਤੂੰ ਤਾਂ ਇਹਨੂੰ ਸਮਝਾ ਸਕਦੀ ਐ ਵੀ ਨਾਲੇ ਤਾਂ ਤੂੰ ਰੋਜ਼ ਆ ਜਾਂਦੀ ਐ ਇੱਥੇ ਚੱਕ ਕੇ ਝੋਲਾ ਇਹ ਤਾਂ ਸਮਝਾਉਗੀ ਜਦੋਂ ਇਹਨੂੰ ਖਾਣ ਨੂੰ ਮਿਲਦਾ ਸੀਂਦ ਦਾ ਓਏ ਉਹੀ ਤਾਂ ਗੱਲ ਆ ਵੀ ਹੁਣ ਮੈਂ ਤਾਂ ਅੱਜ ਤੜਕੇ ਦੋਧੀ ਕੋਲੇ ਗਿਆ ਉਹਨੇ ਉੱਥੇ 10 ਬੰਦੇ ਬੈਠੇ ਸੀ ਮਿੰਟ ਤੇ ਕਹਿੰਦਾ ਤੇਰੀ ਮਾਂ ਲੈ ਗਈ ਬਈ ਪੈਸੇ ਦਾ ਫੜ ਕੇ ਭਾਈ ਮੇਰੇ ਪੇਕਿਆਂ ਦਾ ਘਰ ਮੇਰੀ ਮਾਂ ਜਿੰਨੇ ਤੇ ਬੈਠੇ ਹੋਣਾ ਚਿਰ ਤਾਂ ਮੈਂ ਆਉਂਗੀ ਉਹ ਭੈਣੇ ਤੇਰਾ ਆਉਣ ਦਾ ਹੱਕ ਬਣਦਾ ਅਸੀਂ ਕਹਿੰਦੇ ਆ ਹਾਂ ਤੇਰੇ ਪੇਕਿਆਂ ਦਾ ਘਰ ਤੂੰ ਜੀ ਸਦਕੇ ਆ ਪਰ ਆ ਲੋੜ ਮੁਤਾਬਕ ਜਦੋਂ ਤੈਨੂੰ ਕੋਈ ਕਿਸੇ ਦਾ ਸਾਲ 6 ਮਹੀਨਿਆਂ ਤੋਂ ਆ ਐਂ ਤਾਂ ਨਹੀਂ ਹੁੰਦਾ ਵੀ ਤੂੰ ਤੀਜੇ ਦਿਨ ਚੱਕ ਕੇ ਝੋਲਾ ਤੀਜੇ ਦਿਨ ਹੀ ਆ ਜਾਂਦੀ ਹੈ ਮੇਰੀ ਮਾਂ ਸਾਦੀ ਹੈ ਮੈਂ ਆਉਂਗੀ ਲੈ ਸੁਣ ਲਾ ਮਾਂ ਤਾਂ ਸਾਦੀ ਆ ਮਾਂ ਤਾਂ ਮੇਰੀ ਵੀ ਫੋਨ ਕਰਦੀ ਹੈ ਤੇ ਦਾਦੀ ਮੇਰੀ ਕਰਦੀ ਆ ਤੇ ਫਿਰ ਮੈਂ ਰੋਜ਼ ਹੀ ਉੱਠ ਜਾ ਕਰਾਂ ਆਪਦਾ ਘਰ ਵੀ ਦੇਖਣਾ ਪੈਂਦਾ ਨਾਲੇ ਮੇਰੀ ਗੱਲ ਸੁਣ ਜੇ ਇਹੀ ਹਾਲ ਜਿਹੜਾ ਸਾਡੇ ਘਰੇ ਹੁੰਦਾ ਜੇ ਤੇਰੀ ਨਣਦ ਕਰੇ ਫਿਰ ਤੈਨੂੰ ਕਿੰਨਾ ਕੁ ਦੁੱਖ ਲੱਗੇ ਮੇਰੀ ਨਣਦ ਤਾਂ ਆਪ ਬਥੇਰਾ ਕੁਛ ਲਜਾਂਦੀ ਬਥੇਰਾ ਮੇਰੀ ਸੱਸ ਉਹਨੂੰ ਦਿੰਦੀ ਲੀੜਾ ਕੱਪੜਾ ਕਿਸਾ ਲੈ ਦੇਖ ਲੈ ਉਹ ਫਿਰ ਭੈਣੇ ਤੂੰ ਉਹਨੂੰ ਸਮਝਾ ਉਹ ਤਾਂ ਦਿੰਦੀ ਐ ਜੇ ਤੂੰ ਇੱਥੋਂ ਲੈ ਕੇ ਜਾਨੀ ਐ ਜੇ ਤੂੰ ਇੱਥੋਂ ਨਾ ਲੈ ਕੇ ਜਾਵੇਂ ਨਾ ਜਮਾ ਨਾ ਦੇਵੇ ਉਹ ਜਦੋਂ ਤੂੰ ਇੱਥੋਂ ਲਈ ਜਾਨੀ ਐ ਗਾਹਾਂ ਉਹ ਉੱਥੇ ਦੇ ਜਾਂਦੀ ਐ ਨਾਲੇ ਇੱਕ ਗੱਲ ਹੋਰ ਸੁਣ ਲਾ ਮੈਨੂੰ ਅੰਬਰ ਤਾਂ ਕਹਿੰਦਾ ਸੀਗਾ ਵੀ ਸਾਡੀਆਂ ਕੁੜੀਆਂ ਵਹਿੰਗੀਆਂ ਜਿੱਦੇ ਦੀਆਂ ਸਾਲ 6 ਮਹੀਨੇ ਤੋਂ ਆਉਂਦੀਆਂ ਮਿਲਣ ਉਹ ਵੀ ਇੱਕ ਦਿਨ ਐ ਨਹੀਂ ਪਤਾ ਕਹਿੰਦਾ ਹੱਥੋਂ ਨੂੰ ਮੁੜ ਜਾਣ ਤੇ ਨਹੀਂ ਇੱਕ ਰਾਤ ਲਾਉਂਗਾ ਤੂੰ ਤਾਂ ਭੈਣੇ ਤੀਜੇ ਦਿਨ ਆ ਜਾਨੀ ਐ ਤੂੰ ਤਾਂ ਸਮਝਦੀ ਨਹੀਂ ਕਿਸੇ ਦੀ ਗੱਲ ਨੂੰ ਮੈਂ ਤਾਂ ਆਈ ਆਉਂਗੀ ਬਾਈ ਚੱਲ ਫਿਰ ਤੂੰ ਐ ਕਰ ਭੈਣੇ ਇੱਥੇ ਆ ਕੇ ਤੂੰ ਬਹਿ ਜਾ ਰੋਜ਼ ਰੋਜ਼ ਆਉਣ ਨਾਲੋਂ ਅਸੀਂ ਘਰ ਛੱਡ ਕੇ ਬਗ ਜਾਂਦੇ ਆ ਤੇ ਉੱਥੇ ਤੇਰੇ ਵਾਲੇ ਘਰੇ ਤੇਰੀ ਨੰਦ ਬੈਜੂਗੀ ਆ ਕੇ ਫਿਰ ਐ ਸਮਝੋਤਾ ਕਰ ਲੈਣੇ ਅਸੀਂ ਫੋਨ ਕਰ ਦਾਂਦੇ ਆ ਮਾਸੀ ਤੇ ਮਾਸੜ ਨੂੰ ਸਹੀ ਨਹੀਂ ਹੈਗਾ ਇਹ ਯਾਰ ਤਾਂ ਮੈਂ ਸੋਚੇ ਕਿਉਂ ਨਹੀਂ ਸੋਚਿਆ ਸੋਚ ਲੈ ਹਲੇ ਵੀ ਮੈਂ ਤਾਂ ਬੇਬੇ ਬਈ ਰੋਜ਼ ਫੋਨ ਕਰ ਕਰਕੇ ਲਾਲਚ ਦਿੱਤੀ ਆ ਜਾਂ ਤੈਨੂੰ ਉਹ ਚੀਜ਼ ਲਿਆਤੀ ਤੈਨੂੰ ਉਹ ਚੀਜ਼ ਲਿਆਤੀ ਮੈਂ ਤਾਂ ਤਾਂ ਆਉਂਦੀ ਸੀ ਭਰਾ ਆਹੋ ਇਹ ਮਾਵਾਂ ਹੀ ਕਈ ਕਈ ਖਰਾਬ ਹੁੰਦੀਆਂ ਨੇ ਜਿਹੜੀਆਂ ਧੀਆਂ ਦੇ ਘਰ ਬਰਬਾਦ ਕਰ ਦਿੰਦੀਆਂ ਨੇ ਇਹ ਸੋਚਣਾ ਚਾਹੀਦਾ ਵੀ ਜਦੋਂ ਧੀ ਆਉਂਦੇ ਘਰੇ ਤੋਰਤੀ ਸਹੁਰੇ ਘਰ ਉਹਨੂੰ ਚੰਗਾ ਵਧੀਆ ਘਰ ਪਾਲਤਾ ਫਿਰ ਤੂੰ ਉਹਨੂੰ ਇਹ ਸਿੱਖਿਆ ਦੇ ਵੀ ਭਾਈ ਤੂੰ ਆਪਦਾ ਘਰ ਸਾਂਭ ਤੂੰ ਕਹਿੰਦੀ ਆ ਰੋਜ਼ ਪੇਕੀ ਆ ਤੇ ਇੱਥੋਂ ਤੈਨੂੰ ਮੈਂ ਕੱਪੜੇ ਦੇਊਂ ਇੱਥੇ ਤੈਨੂੰ ਮੈਂ ਫਲਾਨਾ ਕਰੂ ਤੀ ਕਾ ਕਰੂੰਗੀ ਇਹ ਵੀ ਗੱਲ ਠੀਕ ਆ ਰਣਦੀਪ ਮੈਂ ਵੀ ਲਾਲਚ ਦਿੰਦੀ ਸੀਗੀ ਘਰ ਖਰਾਬ ਹੋ ਜਾਂਦੇ ਨੇ ਹਾਂ ਇਹ ਵੀ ਠੀਕ ਆ ਪੁੱਤ ਜਦੋਂ ਆਪਾਂ ਭੈਣ ਨੂੰ ਨਾ ਵਿਆਹ ਦਾ ਵਰਤਾ ਇਹਦੇ ਘਰਵਾਰ ਦੀ ਕਰਤੀ ਇਹਦੇ ਸਾਰਾ ਕੁਝ ਲਾਤਾ ਇਹਦਾ ਹਿੱਸਾ ਫਿਰ ਐ ਤਾਂ ਨਹੀਂ ਹੁੰਦਾ ਵੀ ਸਾਰੀ ਉਮਰ ਇਹ ਇੱਥੋਂ ਲਈ ਚੱਲੇ ਇਹ ਤਾਂ ਠੀਕ ਆ ਚਲ ਹੋ ਯਾਰ ਆ ਰਹਾ ਸਿਰ ਦਾ ਵੀ 6 ਮਹੀਨਾ ਤੋਂ ਦੇਤੇ ਉਹ ਵੀ ਅਗਲਾ ਉਹਦਾ ਘਰ ਦੇਖਦਾ ਹੁਣ ਬੇਬੇ ਆਪਣੇ ਚ ਐਡੀ ਕਿੱਡੀ ਕ ਪਹੁੰਚਾ ਆ ਤੈਨੂੰ ਪਤਾ ਜਿਹੜਾ 7000 ਸੀ ਉਹਦੇ ਨਾਲ ਆਪਾਂ ਕੋਈ ਕਬੀਲਦਾਰੀ ਮਾਰ ਦੇ ਕੋਈ ਬੁੱਤੀ ਮਾਰ ਦੇ ਤੇ ਉਹ ਚੱਕ ਕੇ ਤੂੰ ਕੱਪੜਿਆਂ ਤੇ ਲਾਤਾ ਆ ਕੱਪੜੇ ਤਾਂ ਆਪਾਂ ਕਣਕ ਵੇਚ ਕੇ ਆਪ ਹੀ ਦੇ ਦਾਂਦੇ ਇਹਨੂੰ ਇੱਕ ਅੱਧਾ ਸੂਟ ਚੱਲ ਕੋਈ ਨਹੀਂ ਪੁੱਤ ਫੇਰ ਹੁਣ ਜਿਹੜੀ ਸਾਥੋਂ ਮਾਮਾ ਤੇ ਤੋਂ ਗਲਤੀ ਹੋ ਗਈ ਨਾਲੇ ਭੈਣੇ ਆ ਲੋਕ ਤਾਂ ਸਾਨੂੰ ਆਏ ਕਹਿੰਦੇ ਨੇ ਵੀ ਤੁਹਾਡੀ ਕੁੜੀ ਖਾਲੀ ਝੋਲਾ ਲੈ ਕੇ ਆਉਂਦੀ ਹੈ ਤੇ ਭਰ ਕੇ ਘਰੋਂ ਨਿਕਲਦੀ ਹੈਗੀ ਹਾਂ ਮਾਂ ਭਰ ਕੇ ਦਿੰਦੀ ਸੀ ਝੋਲੇ ਲੋਕ ਸੱਚੇ ਕਹਿੰਦੇ ਉਹ ਤਾਂ ਕਹਿੰਦੇ ਨੇ ਮਾਂ ਤਾਂ ਭਰਦੀ ਸੀ ਤੈਨੂੰ ਆਪ ਦਾ ਦਿਮਾਗ ਵੀ ਲਾਉਣਾ ਚਾਹੀਦਾ ਵੀ ਮੈਂ ਆਪ ਦਾ ਸਹੁਰਾ ਘਰ ਬਸਾਵਾਂ ਹਾਂ ਨਾਲੇ ਲੋਕ ਉੱਥੇ ਗੱਲਾਂ ਕਰਦੇ ਹੋਣਗੇ ਤੂੰ ਸਮਾਦੀ ਭੈਣੇ ਇਹਨੂੰ ਸਮਝਾਉਣਾ ਸੀ ਵੀ ਮਾਂ ਤੂੰ ਗਲਤ ਕਰ ਰਹੀ ਹੈ ਵੀ ਮੇਰੇ ਭਰਾ ਦਾ ਘਰ ਤੂੰ ਬਰਬਾਦ ਕਰ ਰਹੀ ਹੈ ਮੈਂ ਤਾਂ ਹੁਣ ਆਪਦੇ ਘਰ ਵਾਰਦੀ ਹੈਗੀ ਆ ਤੂੰ ਇਹਨੂੰ ਕੁ ਸਮਝਾਉਣਾ ਸੀ ਬਸ ਭਾਈ ਮੈਨੂੰ ਲਾਲਚ ਹੋ ਗਿਆ ਤੇਰੇ ਬਾਈ ਤੇ ਮੈਨੂੰ ਫਿਰ ਲੜਦਾ ਤੁਸੀਂ ਵੀ ਇਹ ਜਾਨੀ ਤੇਰਾ ਫਰਕ ਪਈ ਤੇਰੇ ਭਰਾ ਨਾਲ ਹਾਂ ਆਹੋ ਫਰਕ ਨਹੀਂ ਪਾਈਦਾ ਹੁੰਦਾ ਨਾਲੇ ਬੇਬੇ ਤੂੰ ਤੂੰ ਤਾਂ ਸਿਆਣੀ ਵੈਣੀ ਆ ਸਾਥੋਂ ਵੱਡੀ ਆ ਇੰਨਾ ਤਾਂ ਸੋਚਿਆ ਹੀ ਨਹੀਂ ਸੀ ਪੁੱਤ ਕੋਈ ਨਿਰਨਿਪ ਗਲਤੀ ਹੋ ਗਈ ਦੇਖ ਮਾ ਤੂੰ ਸਾਡਾ ਦੋਨਾਂ ਭੈਣ ਭਰਾਵਾਂ ਦਾ ਫਰਕ ਪਵਾਉਂਦੀ ਸੀ ਇਸ ਗੱਲ ਫਰਕ ਹੀ ਪੈਂਦਾ ਸੀ ਪੁੱਤ ਚੱਲ ਕੋਈ ਨਹੀਂ ਮੈਂ ਤਾਂ ਗਲਤੀ ਹੋ ਗਈ ਇਹ ਚਲ ਕੋਈ ਨਹੀਂ ਹੁਣ ਦੁਬਾਰਾ ਨੂੰ ਆਪਾਂ ਬਾਹੋ ਕਰ ਲਾਂਗੇ ਸਾਹਬ ਨਾਲ ਵਰਤਾਂਗੇ ਹਾਂ ਚਲ ਭਾਈ ਤੂੰ ਜੀ ਸਦ ਕੇ ਆਇਆ ਕਰ ਸਾਲ 6 ਮਹੀਨੇ ਤੇ ਜਦੋਂ ਮਰਜ਼ੀ ਤੇਰਾ ਘਰ ਆ ਪਰ ਭੈਣੇ ਹੁਣ ਇੱਕ ਦੁਬਾਰਾ ਦਾ ਧਿਆਨ ਰੱਖਿਆ ਵੀ ਤੀਜੇ ਚੌਥੇ ਦਿਨ ਬੱਸ ਨਹੀਂ ਚੜਨੀ ਚਾਹੀਦੀ ਭਾਈ ਤੂੰ ਧਿਆਨ ਨਹੀਂ ਇਹ ਹਾਂ ਵੀ ਰੋਜ਼ ਪੇਕ ਕਹਿੰਦੇ ਦੇ ਕਿਹੜਾ ਪੇਕ ਕਹਿੰਦੇ ਦੇ ਕਿਹੜਾ ਪੇਕ ਕਹਿੰਦੇ ਚਲ ਕੋਈ ਨਹੀਂ ਹੁਣ 6 ਮਹੀਨੇ ਤੋਂ ਆ ਜਾ ਕਰੂਗੀ ਹਾਂ ਨਹੀਂ ਗਲਤੀ ਹੋ ਗਈ ਤਾਂ ਆਇਆ ਫਿਰ ਦੁਖਦੇ ਸੁਖਦੇ ਚਲ ਆਏ ਅਗਲਾ ਆ ਜੇ 3-4 ਮਹੀਨੇ ਤੋਂ ਹਫਤੇ ਚ ਦੋ ਦੋ ਗੇੜੇ ਲਾਉਣੇ ਤਾਂ ਮਾੜੀ ਨੇ ਮਾੜੇ ਤਾਂ ਸੀਗੇ ਫਿਰ ਮੈਂ ਵੀ ਨਹੀਂ ਧੀਆਂ ਦਾ ਘਰ ਬਸਾ ਦਾਂਦੀਆਂ ਨੇ ਤੇ ਮਾਂ ਮੈਂ ਹੀ ਖਰਾਬ ਕਰ ਦਾਂਦੀਆਂ ਮੈਂ ਵੀ ਨਹੀਂ ਸੋਚਿਆ ਸੀਗਾ ਇੰਨਾ